ਦੇਖੋ ਲੋਕ ਜਾਣਨਾ ਚਾਹੁੰਦੇ ਨੇ, ਸਿੱਖ ਭਾਈ ਜਾਣਨਾ ਚਾਹੁੰਦਾ ਦੋ ਗੱਲਾਂ ਕਿ ਆਖਿਰ ਅੱਜ ਜ਼ਰੂਰਤ ਕਿਉਂ ਮਹਿਸੂਸ ਹੋ ਰਹੀ ਹੈ, ਤੇ ਦੂਜਾ ਪੁਆਇੰਟ ਹੈ ਕਿ 92 ਸਾਲ ਕਿਉਂ ਲੱਗ ਗਏ। ਦੇਖੋ ਗੌਰਵ ਜੀ, ਤੁਹਾਡੇ ਸਵਾਲ ਆਪਣੀ ਜਗ੍ਹਾ ਤੇ ਪੂਰੇ ਵਾਜਬ ਨੇ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ ਹੈ ਜੀ। ਪਿਛਲੇ ਸਮੇਂ ਦੇ ਵਿੱਚ ਇਹ ਕਿਉਂ ਨਹੀਂ ਹੋਇਆ, ਕਦੋਂ ਇਹ ਬਦਲਿਆ ਗਿਆ, ਮੈਂ ਇਹਨਾਂ ਇਤਿਹਾਸ ਦਾ ਜਾਣਕਾਰ ਸ਼ਾਇਦ ਨਾ ਹੋਵਾਂ, ਪਰ ਮੈਨੂੰ ਇੱਦਾਂ ਲੱਗਦਾ, ਮੇਰੀ 62 ਸਾਲ ਦੀ ਉਮਰ ਹੈ, ਮੈਂ ਜਦੋਂ ਸੁਰਤ ਸੰਭਾਲੀ ਤੇ ਮੈਂ ਇਹੀ ਕੇਸਰੀ ਨਿਸ਼ਾਨ ਨੂੰ ਦੇ ਦਰਸ਼ਨ ਕਰਦਾ ਰਿਹਾ। ਤੁਸੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਨਿਸ਼ਾਨ ਜਿਹੜਾ ਵਾ ਅਗਵਾਈ ਕਰਦਾ ਵਾ ਹਰ ਸੰਘਰਸ਼ ਦੀ, ਤੇ ਨਿਸ਼ਾਨ ਬਹੁਤ ਮਹਾਨ ਹੁੰਦਾ ਸਿੱਖਾਂ ਕੋਲੇ, ਇਹ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਹੁੰਦੇ ਆ ਸਾਡੀ ਅਗਵਾਈ ਹੈ। ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ, ਉਸ ਦੇ ਬਾਅਦ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਨੇ ਉਹ ਵਿਚਾਰ ਚ ਆ ਜਾਂਦੀਆਂ ਨੇ, ਖੁੱਲੇ ਵੱਡੇ ਵਿਚਾਰ ਚ ਆ ਜਾਂਦੀਆਂ ਨੇ। ਇਹ ਜਿਹੜੀ ਨਿਸ਼ਾਨ ਸਾਹਿਬ ਦੇ ਰੰਗ ਦੀ ਗੱਲ ਸੀ, ਇਹ ਕਾਫੀ ਦੇਰ ਤੋਂ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਸੋ ਅਕਾਲ ਤਖ਼ਤ ਸਾਹਿਬ ਤੇ ਇਸ ਗੱਲ ਦੀ ਚਰਚਾ ਗਈ, ਕੁਛ ਜਥੇਬੰਦੀਆਂ ਨੇ, ਕੁਛ ਬੁੱਧੀਜੀਵੀ ਵਰਗ ਨੇ ਇਸ ਬਾਰੇ ਦੇ ਵਿੱਚ ਜ਼ਿਕਰ ਕੀਤਾ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਫੈਸਲਾ ਕੀਤਾ ਪੰਜ ਸਿੰਘ ਸਾਹਿਬਾਨ ਨੇ, ਇਹ ਫੈਸਲਾ ਜਿਹੜਾ ਆਪਣੇ ਆਪ ਦੇ ਵਿੱਚ ਬੜਾ ਇਤਿਹਾਸਕ ਹੋ ਨਿਬੜਿਆ। ਆਮ ਤੌਰ ਦੇ ਉੱਤੇ ਮੈਂ ਦੇਖਦਾ ਹੁੰਦਾ ਅੱਜ ਸਵੇਰ ਤੋਂ ਲੈ ਕੇ ਇਸ ਸੰਬੰਧੀ ਤੁਸੀਂ ਸਾਰੇ ਚੈਨਲ ਮੀਡੀਆ ਜਾਂ ਸੋਸ਼ਲ ਮੀਡੀਆ ਇਸ ਬਾਰੇ ਚਰਚਾ ਕਰ ਰਿਹਾ, ਪਰ ਮੈਨੂੰ ਏਦਾਂ ਲੱਗਦਾ ਕਿ ਸਿੱਖ ਆਵਾਮ ਦੇ ਅੰਦਰ ਵੱਖ ਵੱਖ ਵਿਚਾਰਧਾਰਾਵਾਂ ਹੋਣਗੀਆਂ, ਵਕਰੇਵੇਂ ਹੋਣਗੇ, ਧੜੇ ਹੋਣਗੇ, ਜਥੇਬੰਦੀਆਂ ਹੋਣਗੀਆਂ, ਬਹੁਤ ਕੁਛ ਹੋਏਗਾ, ਪਰ ਸਾਰਿਆਂ ਨੇ ਸਮੁੱਚੇ ਰੂਪ ਦੇ ਵਿੱਚ, ਮੈਂ ਬੜੀ ਦੇਰ ਬਾਅਦ ਇੱਕ ਐਸੇ ਫੈਸਲੇ ਨੂੰ ਮੰਨ ਲਓ ਵਿਚਾਰ ਤੁਹਾਡੇ ਨਾਲ ਕਰ ਰਿਹਾ ਕਿ ਇਸ ਫੈਸਲੇ ਤੇ ਸਾਰਿਆਂ ਨੇ ਜਿਹੜੀ ਹੈ ਫੁੱਲ ਚੜਾਏ ਨੇ। ਦੂਜੀ ਮੈਂ ਇਹ ਗੱਲ ਕਰਦਾ ਕਿ ਅੱਜ ਦਿਨੇ ਕੁਛ ਐਸੀ ਵਿਚਾਰ ਆਈ ਕਿ ਜੀ ਕੋਈ ਇਹਦੇ ਚ ਕੋਈ ਭਗਵਾਨ ਰੰਗ ਦਾ ਜ਼ਿਕਰ ਆਇਆ, ਕੋਈ ਹੋਰ ਆਇਆ, ਜਿਹੜਾ ਕਿ ਬਿਲਕੁਲ ਨਿਰਮੂਲ ਆ, ਇਸ ਦਾ ਕਿਸੇ ਵੀ ਉਸ ਗੱਲ ਨਾਲ ਸੰਬੰਧ ਨਹੀਂ ਹੈ। ਤੇ ਮੈਂ ਹੁਣ ਵੀ ਕਹਿ ਰਿਹਾ ਕਿ ਹੁਣ ਜਿਹੜਾ ਨਿਸ਼ਾਨ ਝੂਲ ਰਹੇ ਨੇ ਇਹਨੂੰ ਭਗਵਾਨ ਨਹੀਂ ਕਹਿ ਸਕਦੇ, ਇਸ ਗੱਲ ਨਾਲ ਭਗਵਾਨ ਦਾ ਕੋਈ ਮੇਰੇ ਹਿਸਾਬ ਨਾਲ ਸੰਬੰਧ ਨਹੀਂ ਹੈ। ਜੇ ਤੁਸੀਂ ਠੀਕ ਸਮਝੋ ਤੇ ਮੈਂ ਜਿਹੜੀ ਸ਼੍ਰੋਮਣੀ ਕਮੇਟੀ ਨੇ ਇੱਕ ਸਰਕੂਲਰ ਕੱਢਿਆ, ਮੈਂ ਉਹਦੀ ਭਾਸ਼ਾ ਜਿਹੜੀ ਆ ਦੋ ਲੈਣਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹਦੇ ਵਿੱਚ ਉਹਦੇ ਚ ਹੈ ਜੀ ਸਰਕੂਲਰ ਜਿਹੜਾ ਕਿ ਦਫ਼ਤਰ ਸਕੱਤਰ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੁੱਜੀ ਪੱਤਰਿਕਾ ਇੰਨੇ ਨੰਬਰ ਅਨੁਸਾਰ ਜੋ ਮਾਣਯੋਗ ਪੰਜ ਸਿੰਘ ਸਭਾ ਦੀ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤਾ ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪਛਾਕੇ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਧਾ ਨੂੰ ਦੂਰ ਕਰਨ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੋਸ਼ਨੀ ਵਿੱਚ ਸੰਗਤਾਂ ਪ੍ਰਬੰਧਕਾਂ ਨੂੰ ਜਾਣਕਾਰੀ ਮੁਹੱਈਆ ਕਰਾਈ ਜਾਵੇ। ਇਹ ਜਿਹੜਾ ਸਰਕੂਲਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਏ ਆਦੇਸ਼ ਤੇ ਆਪਣੇ ਪ੍ਰਚਾਰਕਾਂ ਨੂੰ ਆਪਣੇ ਗੁਰਦੁਆਰਾ ਸਾਹਿਬਾਨ ਨੂੰ ਇਹ ਭੇਜਿਆ ਗਿਆ। ਠੀਕ ਹੈ, ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦੁਬਧਾ ਨਹੀਂ ਹੈ, ਕਿਉਂਕਿ ਜਦੋਂ ਮਾਮਲਾ ਆਇਆ ਵਿਚਾਰ ਅਧੀਨ ਆਇਆ ਤਾਂ ਇਹਦੇ ਬਾਰੇ ਫੈਸਲਾ ਲੈਣਾ ਸੀ, ਤਾਂ ਫਿਰ ਜਿਹੜੀ ਸਾਡੀ ਸਰਬ ਪ੍ਰਵਾਨਿਤ ਰਹਿਤ ਮਰਿਆਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਤੋਂ ਕਰੀਬ 90 ਸਾਲ ਪਹਿਲਾਂ ਉਹ ਜਿਹੜੀ ਆ ਉਹ ਬਣਾਈ ਗਈ। ਠੀਕ ਹੈ, ਉਸ ਮਰਿਆਦਾ ਦੇ ਵੇਲੇ ਜਦੋਂ ਬਣਾਈ ਗਈ ਦੇਸ਼ ਵੀ ਯਾਦ ਨਹੀਂ ਸੀ ਹੋਇਆ, ਕੋਈ ਪਾਰਟੀਆਂ ਵੀ ਨਹੀਂ ਸੀ, ਕੋਈ ਗੱਠਜੋੜ ਵੀ ਨਹੀਂ ਸੀ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਕੀਤਾ ਇਹ ਇੱਕ ਅੱਛਾ ਫੈਸਲਾ ਵਾ, ਤੇ ਇਹ ਕਿਸੇ ਵੀ ਤਰ੍ਹਾਂ ਕਿਸੇ ਧੜੇ ਨੂੰ, ਕਿਸੇ ਵਰਗ ਨੂੰ, ਕਿਸੇ ਜਾਤ ਨੂੰ, ਕਿਸੇ ਕੌਮ ਨੂੰ। ਚਲੋ ਚੰਗੀ ਗੱਲ ਹੈ ਕਿ ਤੁਸੀਂ ਕਲੀਅਰ ਕਰ ਰਹੇ ਹੋ। ਦੇਖੋ ਇਸ ਸਮੇਂ ਚਰਚਾ ਬਹੁਤ ਹੋਈ ਹੈ ਇਸ ਗੱਲ ਦੀ, ਗਰੇਵਾਲ ਸਾਹਿਬ ਤੁਸੀਂ ਠੀਕ ਕਿਹਾ ਕਿ ਪੂਰਾ ਦਿਨ ਚਰਚਾ ਚੱਲਦੀ ਰਹੀ ਕਿ ਭਗਵਾਨ ਰੰਗ ਨੂੰ ਲੈ ਕੇ ਕੋਈ ਭੁਲੇਖਾ ਪੈਂਦਾ, ਇਸ ਕਰਕੇ ਡਿਸੀਜ਼ਨ ਲਿਆ ਗਿਆ। ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ ਆਫੀਸ਼ੀਅਲ ਤੌਰ ਦੇ ਉੱਤੇ SGPC ਨੇ
ਜਾਂ ਜਥੇਦਾਰ ਸਾਹਿਬਾਨਾਂ ਦੇ ਵੱਲੋਂ ਅਫੀਸ਼ੀਅਲ ਤੌਰ ਦੇ ਉੱਤੇ ਇਸ ਤਰੀਕੇ ਦੀ ਕੋਈ ਗੱਲ ਨਹੀਂ ਕਹੀ ਗਈ ਜਿਸਦਾ ਤੁਸੀਂ ਜ਼ਿਕਰ ਕਰ ਦਿੱਤਾ। ਖੈਰ ਆਪਾਂ ਗੱਲ ਕਰਾਂਗੇ ਅੱਗੇ, ਬਹੁਤ ਸਾਰੇ ਸਵਾਲ ਅਜੇ ਬਾਕੀ ਨੇ। ਮੈਂ ਇੱਕ ਵਾਰ ਸਭ ਦਾ ਰਿਐਕਸ਼ਨ ਲੈਣਾ। ਸਾਡੇ ਨਾਲ ਜਥੇਦਾਰ ਦਾਦੂਵਾਲ ਜੀ ਜੁੜੇ ਹੋਏ ਨੇ। ਦਾਦੂਵਾਲ ਜੀ, ਬਹੁਤ ਬਹੁਤ ਸਵਾਗਤ ਹੈ, ਸਵਾਗਤ ਕਰਦੇ ਹੋ ਅੱਜ ਦੇ ਫੈਸਲੇ ਦਾ, ਔਰ ਕਿਵੇਂ ਇਸ ਪੂਰੇ ਫੈਸਲੇ ਨੂੰ ਦੇਖਦੇ ਹੋ? ਬਿਲਕੁਲ ਸ਼ੁਕਲਾ ਜੀ, ਜਿਹੜਾ ਨਿਰਪੱਖ ਫੈਸਲੇ ਰਹਿਤ ਮਰਿਆਦਾ ਜਾਂ ਗੁਰਬਾਣੀ ਗੁਰ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਉਂਦੇ, ਉਹਨੂੰ ਹਰ ਸਿੱਖ ਨਤਮਸਤਕ ਹੁੰਦਾ ਜੀ। ਤੇ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਸ਼ਬਦ ਪਹਿਲਾਂ ਤੋਂ ਹੀ ਸੀ ਕਿ ਬਸੰਤੀ ਸੁਰਮਈ ਨੀਲਾ ਰੰਗ ਜਿਹੜਾ ਸੀਗਾ, ਇਹ ਕਦੋਂ ਮਤਲਬ ਚੇਂਜ ਹੋਇਆ, ਇਹ ਅੱਜ ਅਸੀਂ ਨਹੀਂ ਦੱਸ ਸਕਦੇ। ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਦੱਸਿਆ ਕਿ ਜਦੋਂ ਦੀ ਸਾਡੀ ਉਮਰ ਆ ਅਸੀਂ ਤਾਂ ਇਹੀ ਦੇਖਦੇ ਆ ਰਹੇ ਹਾਂ। ਨੀਲੇ ਨਿਸ਼ਾਨ ਸਾਹਿਬ ਵੀ ਬਹੁਤ ਲੱਗੇ ਹੋਏ ਆ, ਨੀਲੇ ਨਿਸ਼ਾਨ ਸਾਹਿਬ ਵੀ ਤਕਰੀਬਨ ਨਿਹੰਗ ਸਿੰਘ ਜਥੇਬੰਦੀਆਂ ਦੇ ਸਥਾਨਾਂ ਜੋ ਪੁਰਾਤਨ ਸੀਨੇ ਪਸੀਨੇ ਚੱਲੀਆਂ ਆ ਰਹੀਆਂ ਨੇ, ਉਹਨਾਂ ਚ ਅੱਜ ਵੀ ਨੀਲੇ ਹੀ ਝੂਲਦੇ ਆ। ਬਹੁਤ ਸਾਰੇ ਪਿੰਡਾਂ ਚ ਵੀ ਨੀਲੇ ਨਿਸ਼ਾਨ ਸਾਹਿਬ ਨੇ। ਇਹ ਕੇਸਰੀ ਕਦੋਂ ਆਇਆ ਇਹਦੇ ਬਾਰੇ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਸਾਡੀ ਸੁਰਤ ਸੰਭਲ ਤੋਂ ਪਹਿਲਾਂ ਦੇ ਆ, ਪਰ ਜਿਹੜੇ ਮਰਿਆਦਾ ਦੇ ਪੰਨਿਆਂ ਵਿੱਚ ਸੁਰਮਈ ਬਸੰਤੀ ਨੀਲੇ ਰੰਗ ਦਾ ਜ਼ਿਕਰ ਹੈ, ਇਹਦਾ ਸਾਰੀ ਕੌਮ ਨੇ ਪੰਥ ਨੇ ਸਵਾਗਤ ਕੀਤਾ। ਮੈਂ ਸਮਝਦਾ ਵੀ ਇਹਦੇ ਤੇ ਕੰਟਰੋਵਰਸੀ ਜਾਂ ਕਿਤੜੀ ਸ਼ਾਇਦ ਹੋਣਾ ਹੀ ਨਹੀਂ ਚਾਹੀਦਾ। ਇਹੋ ਜਿਹਾ ਫੈਸਲਾ ਜਿਹਦੇ ਤੇ ਸਾਰੀ ਕੌਮ ਇੱਕ ਮਾਤਾ, ਚਾਹੇ ਉਹ ਬੁੱਧੀਜੀਵੀ ਆ, ਚਾਹੇ ਸੰਪਰਦਾਵਾਂ, ਟਕਸਾਲਾਂ, ਸਿੱਖ ਵਿਦਵਾਨ, ਸਾਰਿਆਂ ਨੇ ਇਹਦੇ ਤੇ, ਔਰ ਦੂਸਰਾ ਇਹਦੇ ਤੇ ਜਿਹੜੇ ਪਹਿਲਾਂ ਲੱਗੇ ਹੋਏ, ਜਿਹੜਾ ਭਗਵੇ ਦਾ ਜ਼ਿਕਰ ਆਇਆ ਵਾ, ਮੈਂ ਸਮਝਦਾ ਕਿ ਪਤਾ ਨੀ ਕਿਉਂ ਇਹ ਕਿਸਨੇ ਇਸ ਨੂੰ ਜੋੜ ਦਿੱਤਾ ਇਸ ਗੱਲ ਨਾਲ, ਜਿਹੜੇ ਪਹਿਲਾਂ ਲੱਗੇ ਹੋਏ ਨੇ ਨਿਸ਼ਾਨ ਉਹ ਵੀ ਭਗਵੇ ਤਾਂ ਹੈ ਨੀ ਆ, ਉਹ ਵੀ ਤਾਂ ਕੇਸਰੀ ਨਿਸ਼ਾਨ ਨੇ, ਭਗਵੇ ਨਹੀਂ ਆ। ਪਰ ਜਿਹੜਾ ਇਹ ਮਰਿਆਦਾ ਦੇ ਵਿੱਚ ਜਿਸ ਤਰੀਕੇ ਨਾਲ ਜ਼ਿਕਰ ਸੀ ਉਹਨੂੰ ਜੇਕਰ ਲਾਗੂ ਕੀਤਾ ਜਾ ਰਿਹਾ, ਅਸੀਂ ਤਾਂ ਕਹਾਂਗੇ ਦੇਰ ਆਏ ਦਰੁਸਤ ਆਏ, ਜੋ ਫੈਸਲਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ, ਹੁਣ ਤੱਕ ਕਿਉਂ ਦੱਬਿਆ ਰਿਹਾ? ਠੀਕ ਹੈ, ਪਰ ਉਹ ਗੱਲ ਚਿੰਤਾਜਨਕ ਆ ਵੀ ਹੁਣ ਤੱਕ ਦੱਬਿਆ ਕਿਉਂ ਰਿਹਾ। ਪਰ ਜਿਹੜਾ ਹੁਣ ਆ ਗਿਆ ਵਾ ਉਹਦਾ ਤਾਂ ਸਵਾਗਤ ਸਾਰੀ ਕੌਮ ਕਰ ਰਹੀ, ਸਾਨੂੰ ਸਵਾਗਤ, ਕੌਮ ਦਾ ਫੈਸਲਾ ਵਾ, ਕਿਸੇ ਨੂੰ ਇਤਰਾਜ਼ ਹੋਣਾ ਨੀ ਚਾਹੀਦਾ ਹਰੇਕ ਦਾ। ਜਿਵੇਂ ਮੁਸਲਮਾਨ ਭਰਾਵਾਂ ਦਾ ਹਰਾ ਰੰਗ ਆ, ਮਸਜਿਦਾਂ ਚ ਹਰੇ ਰੰਗ ਦੇ ਉਹਨਾਂ ਦੇ ਨਿਸ਼ਾਨ ਹੁੰਦੇ ਆ, ਮੰਦਰਾਂ ਦੇ ਵਿੱਚ ਜਿਹੜੇ ਸਾਡੇ ਸਨਾਤਨੀ ਵੀਰ ਹਿੰਦੂ ਵੀਰ ਉਹਨਾਂ ਦੇ ਜਿਹੜੇ ਹੈਗੇ ਆ ਉਹ ਲਾਲ ਰੰਗ ਦਾ ਝੰਡਾ ਹੁੰਦਾ ਤਕਰੀਬਨ ਮੰਦਰਾਂ ਦੇ ਵਿੱਚ। ਸਿੱਖ ਇੱਕ ਵੱਖਰੀ ਕੌਮ ਆ, ਵੱਖਰਾ ਧਰਮ ਆ, ਵੱਖਰੇ ਅਸੂਲ ਤੇ ਸਿਧਾਂਤ ਸਤਿਗੁਰਾਂ ਨੇ ਦਿੱਤੇ। ਇਸੇ ਤਰ੍ਹਾਂ ਇਹ ਸਾਡਾ ਰਹਿਤ ਮਰਿਆਦਾ ਸਾਡੇ ਅੰਦਰੂਨੀ ਮਸਲਾ ਵਾ, ਇਹਨੂੰ ਕੰਟਰੋਵਰਸੀ ਚ ਜਾਂ ਕ੍ਰਿਟੀਸਾਈਜ਼ ਦਾ ਜਿਹੜਾ ਹੈਗਾ ਉਹ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ, ਅਸੀਂ ਸਵਾਗਤ ਕਰਦੇ ਹਾਂ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰੀ ਕੁਲਦੀਪ ਜੀ ਦਾ ਵੀ ਰਿਐਕਸ਼ਨ ਲੈਣਾ, ਭਾਰਦਵਾਲ ਸਾਹਿਬ ਦਾ ਵੀ ਰਿਐਕਸ਼ਨ ਲੈਣਾ। ਕੁਲਦੀਪ ਜੀ, ਸਵਾਗਤ ਕਰ ਰਹੇ ਹੋ ਤੁਸੀਂ? ਬਿਲਕੁਲ ਜੀ, ਇਹ ਸਵਾਗਤਯੋਗ ਫੈਸਲਾ ਜੀ, ਕਿਉਂਕਿ ਦੇਖੋ ਇਹ ਫੈਸਲਾ ਜਿਹੜਾ ਵਾ ਨਾ ਇਹ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਾ। ਤਰਜਮਾਨੀ ਕਿਵੇਂ ਕਰਦਾ? ਜਿਹੜੀ ਸਿੱਖ ਰਹਿਤ ਮਰਿਆਦਾ ਦਾ ਆਪਾਂ ਸਾਰੇ ਇੱਥੇ ਵੀਰ ਵਾਰ ਵਾਰ ਜ਼ਿਕਰ ਕਰ ਰਹੇ ਨਾ, ਦਾਦੂਵਾਲ ਸਾਹਿਬ ਨੇ ਵੀ ਕੀਤਾ, ਗਰੇਵਾਲ ਸਾਹਿਬ ਨੇ ਵੀ ਕੀਤਾ, ਇਹ ਸਿੱਖ ਰਹਿਤ ਮਰਿਆਦਾ ਕਿਸੇ ਬੰਦੇ ਦੀ ਬਣਾਈ ਹੋਈ ਨਹੀਂ ਆ। ਠੀਕ ਹੈ, ਇਹ ਸਮੁੱਚੇ ਪੰਥ ਨੇ ਬਣਾਈ, ਔਰ ਮੈਂ ਇਹਦੇ ਹਿਸਟਰੀ ਦੇ ਵਿੱਚ ਜੇ ਜਾਵਾਂ ਤੇ ਇਹਨੂੰ ਬਣਾਉਣ ਦੇ ਲਈ ਲਗਭਗ 14 ਸਾਲ ਲੱਗੇ ਆ। ਪ੍ਰਿੰਸੀਪਲ ਸੁਖਬੀਰ ਸਿੰਘ ਹੋਣਾ ਨੇ ਲਿਖਿਆ ਵਾ ਕਿ ਸਿੱਖ ਰਹਿਤ ਮਰਿਆਦਾ ਨੂੰ ਬਣਾਉਣ ਦੇ ਲਈ ਇੰਨੇ ਸੁਝਾਅ ਆਏ, ਇੰਨੀਆਂ ਚਿੱਠੀਆਂ ਆਈਆਂ ਦੁਨੀਆਂ ਭਰ ਤੋਂ। ਤੁਸੀਂ ਰਹਿਤ ਮਰਿਆਦਾ ਵੀ ਪੜੋਗੇ, ਉਹਦੇ ਵਿੱਚ ਜ਼ਿਕਰ ਆਉਂਦਾ ਵਾ ਵੱਖ ਵੱਖ ਦੇਸ਼ਾਂ ਦਾ ਵੀ, ਤੇ ਉਹਨਾਂ ਚਿੱਠੀਆਂ ਦਾ ਭਾਰ ਹੀ ਜਿਹੜਾ ਵਾ ਉਹ 1 ਕੁਇੰਟਲ ਤੋਂ ਜ਼ਿਆਦਾ ਸੀ, ਜਿਹੜਾ ਕਿ 1984 ਦੇ ਵਿੱਚ ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਸੜੀ ਉਹਦੇ ਵਿੱਚ ਉਹ ਤਬਾਹ ਗਿਆ। ਇਹ ਜਿਹੜੀ ਇੱਕ ਪੰਥਕ ਭਾਵਨਾਵਾਂ ਦੀ ਤਰਜਮਾਨੀ ਆ, ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਵਾ ਕਿ ਨਿਸ਼ਾਨ ਸਾਹਿਬ ਉੱਚੀ ਜਗ੍ਹਾ ਤੇ ਚੜਾਇਆ ਜਾਵੇ ਤੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ, ਸਿਰ ਤੇ ਲੋਹੇ ਦਾ ਸਰਬ ਲੋਹੇ ਦਾ ਖੰਡਾ ਜਾਂ ਭਾਲਾ ਹੋਵੇ।
ਤੋ ਇਹ ਜਿਹੜਾ ਫੈਸਲਾ ਵਾ ਪੰਥ ਭਾਵਨਾਵਾਂ ਦੀ ਤਰਜਮਾਨੀ ਆ, ਇਹਦਾ ਅਸੀਂ ਬਿਲਕੁਲ ਸਵਾਗਤ ਕਰਦੇ ਹਾਂ। ਔਰ ਮੇਰੇ ਹਿਸਾਬ ਦੇ ਨਾਲ ਅੱਜ ਸਮੁੱਚੀ ਜਿਹੜੀ ਸਿੱਖ ਕੌਮ ਆ, ਗੁਰੂ ਨਾਨਕ ਨਾਮ ਲੇਵਾ ਸਿੱਖ ਆ, ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋਣ, ਅੱਜ ਉਹ 100% ਇਸ ਫੈਸਲੇ ਦੇ ਨਾਲ ਸਹਿਮਤ ਆ। ਠੀਕ ਹੈ, ਚਲੋ ਤੁਸੀਂ ਵੀ ਸਵਾਗਤ ਕਰ ਰਹੇ ਹੋ ਸਾਰੇ। ਮੈਂ ਇੱਕ ਵਾਰ ਭਾਰਦਵਾਜ ਸਾਹਿਬ ਦਾ ਰੁਖ ਕਰ ਲਵਾਂ। ਭਾਰਦਵਾਜ ਸਾਹਿਬ, ਤੁਹਾਨੂੰ ਇਸ ਪੂਰੇ ਮਾਮਲੇ ਦੇ ਵਿੱਚ ਕੋਈ ਵੱਖਰੀ ਚੀਜ਼ ਨਜ਼ਰ ਆ ਰਹੀ ਹੈ? ਦੇਖੋ ਬਹੁਤ ਕਲੀਅਰ ਹੈ ਜੋ ਗਰੇਵਾਲ ਸਾਹਿਬ ਨੇ, ਦਾਦੂਵਾਲ ਜੀ ਜਾਂ ਕੁਲਦੀਪ ਜੀ ਨੇ ਜ਼ਿਕਰ ਕੀਤਾ ਕਿ ਇੱਕ ਗੱਲ ਹੈ ਕਿ ਸਿੱਖ ਭਾਈਚਾਰੇ ਦਾ ਇੰਟਰਨਲ ਮਸਲਾ ਹੈ, ਕਿਉਂਕਿ ਅਸੀਂ ਪੰਜਾਬ ਨੂੰ ਆਪਾਂ ਸਾਰੇ ਰਿਪ੍ਰੈਜ਼ੈਂਟ ਕਰਦੇ ਹਾਂ, ਪੰਜਾਬ ਦੇ ਚੈਨਲ ਦੇ ਤੌਰ ਦੇ ਉੱਤੇ ਵਿਚਾਰੀਆਂ ਤਾਂ ਜਾਂਦੀਆਂ ਨੇ ਗੱਲਾਂ। ਭਾਰਦਵਾਜ ਸਾਹਿਬ, ਤੁਸੀਂ ਇਸ ਪੂਰੇ ਫੈਸਲੇ ਨੂੰ ਕਿਵੇਂ ਦੇਖਦੇ ਹੋ? ਅਫੀਸ਼ੀਅਲ ਤੌਰ ਦੇ ਉੱਤੇ ਭਗਵੇਂ ਰੰਗ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੈ, ਪਰ ਇਹ ਦਿਨ ਭਰ ਚਰਚਾਵਾਂ ਜ਼ਰੂਰ ਚੱਲਦੀਆਂ ਰਹੀਆਂ ਕਿ ਭਗਵੇਂ ਰੰਗ ਦੇ ਭੁਲੇਖੇ ਦੀ ਵਜ੍ਹਾ ਦੇ ਨਾਲ ਇਹ ਡਿਸਾਈਡ ਕੀਤਾ ਗਿਆ, ਡਿਸੀਜ਼ਨ ਲਿਆ ਗਿਆ। ਦੇਖੋ, ਸਾਨੂੰ ਵੀ ਕੋਈ ਇਤਰਾਜ਼ ਨਹੀਂ ਹੈ। SGPC ਜਿਸ ਤਰੀਕੇ ਦੇ ਨਾਲ ਆਪਣੇ ਰਹਿਤ ਮਰਿਆਦਾ ਦਾ ਪਾਲਣ ਕਰਵਾਉਣਾ ਚਾਹੁੰਦੇ ਆ ਜੀ, ਪਰ ਮੈਂ ਤੁਹਾਨੂੰ ਥੋੜੀ ਜਿਹੀ ਬੈਕਗ੍ਰਾਉਂਡ ਦੱਸਾਂਗਾ। ਮੇਰੀ ਆਵਾਜ਼ ਦੁਆਰਾ ਨਾ ਇੱਕ ਹੋ ਰਹੀ ਹੈ ਦੁਆਰਾ? ਚਲੋ ਟੀਮ ਦੇਖ ਲੇਗੀ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ। ਬੈਕਗ੍ਰਾਉਂਡ ਦੱਸਾਂਗਾ ਵੀ ਇਹ ਕਾਰਨ ਕਿਉਂ ਬੰਦੇ। ਹਾਂ, ਮੈਨੂੰ ਇਹ ਸੀਗਾ ਕਿ ਇਹਦੇ ਪਿੱਛੇ ਗੱਲ ਕੀ ਹੈ, ਮੈਂ ਤੁਹਾਨੂੰ ਥੋੜੀ ਜਿਹੀ ਇਹਦੀ ਬੈਕਗ੍ਰਾਉਂਡ ਦੱਸਦਾ। 1864 ਦੇ ਵਿੱਚ ਮੈਕਸ ਆਥਰ ਮਖਾਲਫ ਪੰਜਾਬ ਦੇ ਵਿੱਚ ਜ਼ਿਲ੍ਹੇ ਆਇਆ, ਜ਼ਿਲ੍ਹੇ ਅੰਗਰੇਜ਼ੀ ਹਕੂਮਤ ਨੂੰ ਲੈ ਕੇ ਆਈ, ਔਰ ਉਹਦਾ ਸਭ ਤੋਂ ਪਹਿਲਾ ਦਿਨ ਸੀਗਾ ਉਹ ਦਰਬਾਰ ਸਾਹਿਬ ਦੇ ਵਿੱਚ ਗਿਆ ਸੀਗਾ, ਉਹ ਦੀਵਾਲੀ ਦਾ ਦਿਨ ਸੀਗਾ। ਦੀਵਾਲੀ ਦੇ ਦਿਨ ਦੇ ਵਿੱਚ, ਦੀਵਾਲੀ ਦੀ ਰਾਤ ਨੂੰ ਉੱਥੇ ਦੀਪਕ ਜਲਦੇ ਪਏ ਸੀਗੇ। ਉਹਦੇ ਮਨ ਦੇ ਵਿੱਚ ਇਹ ਆਇਆ ਵੀ ਮੇਰੇ ਹਿਸਾਬ ਦੇ ਨਾਲ ਜਿਹੜੇ ਸਿੱਖ ਹੈ ਇਹ ਹਿੰਦੂਆਂ ਤੋਂ ਕਿੱਦਾਂ ਅੱਡ ਕੀਤੇ ਜਾਣ, ਵੀ ਇਹ ਜਿਹੜੇ ਇਕੱਠੇ ਮਿਲ ਕੇ ਇੱਕੋ ਹੀ ਤਿਉਹਾਰ ਮਨਾਉਂਦੇ ਪਏ ਆ, ਵੀ ਮੈਂ ਉਹਨੇ ਉੱਥੇ ਕਸਮ ਖਾਧੀ ਵੀ ਮੈਂ ਇਸ ਤਰ੍ਹਾਂ ਦਾ ਸਿਸਟਮ ਤਿਆਰ ਕਰਾਂਗਾ ਜਿਹਦੇ ਵਿੱਚ ਸਿੱਖਾਂ ਦੇ ਔਰ ਹਿੰਦੂਆਂ ਦੇ ਜਿਹੜੇ ਧਾਰਮਿਕ ਤਿਉਹਾਰ ਹੈ ਇਹਨਾਂ ਨੂੰ ਮੈਂ ਅੱਡ ਅੱਡ ਕਿੱਦਾਂ ਕਰ ਦੇਣਾ। ਇਹਨਾਂ ਦੇ ਜਿਹੜੇ ਦੀਵਾਲੀ ਦੇ ਜਿਵੇਂ ਹੁਣ ਉਹਨੇ ਨਾਮ ਵੀ ਬਦਲ ਦਿੱਤੇ, ਉਹਨੇ ਜਿਵੇਂ ਦੀਵਾਲੀ ਨੂੰ ਬੰਦੀ ਛੋੜ ਦਿਵਸ ਕਰਤਾ, ਹੋਲੀ ਨੂੰ ਹੋਲਾ ਮਹੱਲਾ ਕਰਤਾ, ਮਤਲਬ ਕਿ ਇਸ ਤਰ੍ਹਾਂ ਦੀ ਨਾ ਬੜੀ ਵੱਡੀ ਬੈਕਗ੍ਰਾਉਂਡ ਹੈ। ਬਾਕੀ ਰਹੀ ਗੱਲ ਆ ਜਿਹੜੀ ਮੈਂ ਹੁਣ ਦੇਖਦਾ ਪਿਆ, ਇਹ ਦਿਨ ਪ੍ਰਤੀ ਦਿਨ ਇਸ ਤਰ੍ਹਾਂ ਦੀ ਕੜੱਤਨਤਾ, ਹਿੰਦੂਆਂ ਤੋਂ ਕਿੱਦਾਂ ਆਪਣੇ ਆਪ ਨੂੰ ਅੱਡ ਕਰਨਾ, ਉਹ ਲਗਾਤਾਰ SGPC ਕਰਦੀ, ਕਿਉਂਕਿ ਇਹ ਜਿਹੜਾ SGPC ਬਣੀ ਹੈ ਇਹਨੂੰ ਬਣਾਉਣ ਵਾਲੇ ਈਸਾਈ ਮਿਸ਼ਨਰੀ ਸੀਗੇ, ਉਹਨਾਂ ਨੇ ਹਿੰਦੂਆਂ ਤੋਂ ਇਹਨਾਂ ਨੂੰ ਅੱਡ ਕਰਨ ਵਾਸਤੇ ਇਹ ਸ਼ੜਯੰਤਰ ਰਚਿਆ ਸੀਗਾ। ਇਸ ਕਰਕੇ ਉਸ ਤੋਂ ਬਾਅਦ ਤੁਸੀਂ ਹੁਣ ਦੇਖੋ ਜਿਹੜੇ ਆਪਣੇ, ਮੈਨੂੰ ਹੁਣ ਪੂਰੀ ਜਾਣਕਾਰੀ ਹੈ, ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਜਿਹੜਾ ਇਹਨਾਂ ਨੇ ਇਸਲਾਮਿਕ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ, ਕਰਦੇ ਪਏ ਹੈ, PhD ਕਰਦੇ ਪਏ ਸੀਗੇ, ਉਹਦੇ ਵਿੱਚ ਉਹਨਾਂ ਨੇ ਕੀ ਆਪਣਾ ਨੂੰ ਦੱਸਿਆ ਵੀ ਜਿਹੜਾ ਕੁਰਾਨ ਔਰ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਫਲੋਸਫੀ ਇੱਕੋ ਹੀ ਹੈ, ਯਾਨੀ ਕਿ ਇਹ ਕੁਰਾਨ ਦੇ ਨਜ਼ਦੀਕ ਜਾਂਦੇ ਪਏ ਆ, ਉਹ ਹਿੰਦੂ ਜਿੰਨੇ ਵੀ ਮਾਨ ਮਰਿਆਦਾ ਉਹਨਾਂ ਤੋਂ ਦੂਰ ਜਾਣ ਵਾਸਤੇ ਇਹੋ ਜਿਹੀ ਗੱਲਾਂ ਚੱਲਦੀ ਵੀ ਇਹ ਸਾਰਾ ਹਿੰਦੂ ਸਮਾਜ ਸਮਝਦਾ ਪਿਆ, ਇਹ ਨਹੀਂ ਹੈ। ਪਰ ਜਿਹੜੇ ਹਿੰਦੂ ਸਮਾਜ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਤੀ, ਗੁਰੂਆਂ ਦੇ ਪ੍ਰਤੀ ਜੋ ਸ਼ਰਧਾ ਜੀ, ਇਹਨਾਂ ਦੇ ਕਹਿਣ ਦੀ ਵਜ੍ਹਾ ਦੇ ਨਾਲ, ਇਹਨਾਂ ਦੇ ਕੁੜੱਤਣ ਦੀ ਵਜ੍ਹਾ ਨਾਲ ਖਤਮ ਨਹੀਂ ਹੋਣ ਵਾਲੀ। ਔਰ ਉਸੇ ਤਰੀਕੇ ਦੇ ਨਾਲ ਜਿਵੇਂ ਮੈਂ ਹੁਣ ਕਈ ਵਾਰੀ ਮੈਂ ਸੁਣਿਆ ਵੀ ਹੈ ਵੀ ਦਰਬਾਰ ਸਾਹਿਬ ਦੇ ਵਿੱਚ 70% ਜਿਹੜੇ ਆ ਉਹ ਹਿੰਦੂ ਉੱਥੇ ਮੱਥਾ ਟੇਕਣ ਜਾਂਦੇ ਆ, ਹਿੰਦੂ ਤਾਂ ਮੱਥਾ ਟੇਕਣ ਜਾਂਦੇ ਆ, ਉੱਥੇ ਵਿਸ਼ਵਾਸ ਕਰਦੇ ਗੁਰੂ ਗ੍ਰੰਥ ਸਾਹਿਬ ਤੇ।
ਗੁਰੂਆਂ ਤੇ ਵਿਸ਼ਵਾਸ ਕਰਦੇ ਆ, ਇਹਨਾਂ ਦਾ ਬੜਾ ਵਿਸ਼ਾਲ ਹਿਰਦੇ ਆ ਸਾਡੇ ਹਿੰਦੂਆਂ ਦਾ, ਇਹ ਜਿੰਨੀਆਂ ਕੋਸ਼ਿਸ਼ਾਂ ਕਰ ਲੈਣ। ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ, ਪਰ ਮੈਂ ਉਹਨੂੰ ਸੌਖੇ ਸ਼ਬਦਾਂ ਚ ਕਹਿਣਾ, ਮੈਂ ਸੌਖੇ ਸ਼ਬਦਾਂ ਚ ਕਹਿਣਾ, ਤੁਸੀਂ ਕਹਿ ਰਹੇ ਹੋ ਕਿ ਇਸ ਤਰੀਕੇ ਦੇ ਡਿਸੀਜ਼ਨ ਜਿਹੜੇ ਸਿੱਖ ਔਰ ਹਿੰਦੂ ਭਾਈਚਾਰੇ ਦੇ ਵਿੱਚ ਸਾਂਝ ਬਣੀ ਹੋਈ ਹੈ, ਉਸ ਦੇ ਵਿੱਚ ਉਹਨਾਂ ਨੂੰ ਦੋਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ ਜਾਂ ਦੂਰ ਕਰੇਗੀ ਇਸ ਡਿਸੀਜ਼ਨ ਦੇ ਨਾਲ, ਕਿਵੇਂ ਲੱਗਦਾ ਤੁਹਾਨੂੰ? ਨਹੀਂ, ਇਹ 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 ਸ਼ੁਰੂ ਤੋਂ ਸੀਗੀ, ਜਿਸਲੇ ਐਸ ਜੀ ਪੀ ਸੀ ਬਣੀ ਹੈ ਇਹਨਾਂ ਦੀ ਬੇਸ ਜਿਹੜਾ ਸੀਗਾ ਇਸੇ ਇਹਦੇ ਉੱਤੇ ਡਿਪੈਂਡ ਕਰਦਾ ਸੀਗਾ ਵੀ ਅਸੀਂ ਹਿੰਦੂ ਸਮਾਜ ਤੋਂ ਸਨਾਤਨ ਤੋਂ ਆਪਣੇ ਆਪ ਨੂੰ ਕਿੱਦਾਂ ਅੱਡ ਕਰਨਾ, ਕਿਉਂਕਿ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਜਿਹੜਾ ਸੀਗਾ ਉਹ ਅੰਗਰੇਜ਼ੀ ਹਕੂਮਤ ਦਾ ਸੀਗਾ ਇਹਨੂੰ ਬਣਾਉਣ ਵਾਸਤੇ ਜੀ, ਤੇ ਇਸ ਕਰਕੇ ਇਹਨਾਂ ਨੇ ਜੋ ਵੀ ਡਿਸੀਜ਼ਨ ਲਿੱਤੇ, ਜੋ ਵੀ ਇਹ ਕੰਮ ਕਰਦੇ ਪਏ ਸੀਗੇ, ਇਹ ਉਹਨਾਂ ਦੀ ਕਿੰਨੇ ਜਾਣੇ ਮੈਨੂੰ ਐਗਜੈਕਟਲੀ ਨੰਬਰ ਦਾ ਉੱਪਰ ਮੈਂ ਨਹੀਂ ਜਾ ਰਿਹਾ, ਪਰ ਹਾਂ ਇੰਨੀ ਗੱਲ ਜ਼ਰੂਰ ਹੈ ਬਹੁਤ ਵੱਡੀ ਗਿਣਤੀ ਚ ਹਿੰਦੂ ਭਾਈਚਾਰੇ ਦੇ ਲੋਕ ਵੀ ਦਰਬਾਰ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਏ ਮੱਥਾ ਟੇਕਣ ਜਾਂਦੇ ਨੇ, ਕਿ ਵਾਕਈ ਹੀ ਤੁਹਾਨੂੰ ਤੁਹਾਡੇ ਮੁਤਾਬਿਕ ਇਹ ਗੱਲ ਹੈ ਕਿ ਹਿੰਦੂ ਭਾਈਚਾਰੇ ਦੇ ਲੋਕ ਜਾ ਕੇ ਨਿਸ਼ਾਨ ਸਾਹਿਬ ਜਾਂ ਗੁਰਦੁਆਰਾ ਸਾਹਿਬ ਚ ਮੱਥਾ ਇਸ ਕਰਕੇ ਟੇਕਦੇ ਆ ਕਿ ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਆ, ਜੇ ਹੁਣ ਬਸੰਤੀ ਹੋਏਗਾ ਤਾਂ ਨਿਸ਼ਾਨ ਸਾਹਿਬ ਤੇ ਉਹ ਮੱਥਾ ਟੇਕਣਾ ਬੰਦ ਕਰ ਦੇਣਗੇ? ਨਹੀਂ ਹੋਏਗਾ ਨਾ, ਇਸ ਕਰਕੇ ਨਹੀਂ, ਨਾ 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 ਬਿਲਕੁਲ ਹੀ ਨਹੀਂ, ਬਿਲਕੁਲ ਹੀ ਨਹੀਂ, ਇਹ ਕਰਕੇ ਨਹੀਂ ਹੈ ਵੀ ਉੱਥੇ ਤਾਂ ਕੇਸਰੀ ਰੰਗ ਹੈ, ਬਿਲਕੁਲ ਨਹੀਂ, ਉਹਨਾਂ ਦੀ ਸ਼ਰਧਾ ਸਿੱਖ ਸਮਾਜ ਦੇ ਵਿੱਚ, ਸਿੱਖ ਗ੍ਰੰਥਾਂ ਦੇ ਵਿੱਚ, ਗੁਰੂਆਂ ਦੇ ਵਿੱਚ, ਸਾਡੀ ਪੰਜਾਬ ਦੇ ਖਾਸ ਕਰ ਸਾਡੇ ਪੰਜਾਬ ਦੀ ਬੜੀ ਵੱਡੀ ਸ਼ਰਧਾ, ਬਾਕੀ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਸਟੇਟਾਂ ਵਿੱਚ ਸਾਡੇ ਹਿੰਦੂ ਆਉਂਦੇ ਆ, ਉਹ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਚ ਮੱਥਾ ਟੇਕਣ ਜਾਂਦੇ ਆ, ਉਹਨਾਂ ਦੇ ਮਨ ਦੇ ਵਿੱਚ ਸ਼ਰਧਾ, ਇਸ ਕਰਕੇ ਕਰਦੇ ਆ। ਇਹ ਜਿੰਨੀ ਮਰਜ਼ੀ ਹਿੰਦੂਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਨ, ਹਿੰਦੂਆਂ ਨੂੰ ਪਾਬੰਦੀਆਂ ਲਗਾਉਣ, ਹਿੰਦੂਆਂ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਨ ਦੀ ਕਰਨਗੇ, ਪਰ ਹਿੰਦੂ ਸਮਾਜ ਜਿਹੜਾ ਹੈ ਬੜਾ ਜਾਗਰੂਕ ਸਮਾਜ ਹੈ, ਬੜਾ ਸਹਿਣਸ਼ੀਲ ਵਾਲਾ ਸਮਾਜ ਹੈ, ਬੜਾ ਵਿਸ਼ਾਲ ਹਿਰਦੇ ਵਾਲਾ। ਠੀਕ ਹੈ, ਚਲੋ ਥੋੜੇ ਥੋੜੇ ਇੰਤਜ਼ਾਰ ਕਰੋ, ਤੁਹਾਡੀ ਗੱਲ ਆ ਗਈ। ਨਹੀਂ, ਭਾਰਦਵਾਜ ਸਾਹਿਬ ਤੁਸੀਂ ਬੜੀ ਡਿਟੇਲ ਨਾਲ ਗੱਲ ਦੱਸੀ ਹੈ, ਥੋੜੇ ਇੰਤਜ਼ਾਰ ਕਰੋ, ਮੈਂ ਬਾਕੀ ਨੂੰ ਐਡ ਕਰਾਂ। ਬੇਸਿਕਲੀ ਤੁਸੀਂ ਇਸ ਪੂਰੇ ਮਾਮਲੇ ਨੂੰ ਇੱਕ ਨਵਾਂ ਮੋੜ ਤਾਂ ਜ਼ਰੂਰ ਦੇ ਰਹੇ ਹੋ। ਦੱਦਵਾਲ ਸਾਹਿਬ, ਮੈਂ ਗਰਵਾਲ ਜੀ ਤੁਹਾਡੇ ਕੋਲ ਆਉਣਾ, ਦੱਦਵਾਲ ਸਾਹਿਬ ਇਤਫਾਕ ਰੱਖਦੇ ਹੋ? ਨਹੀਂ, ਬਿਲਕੁਲ ਨਹੀਂ, ਜੋ ਵਿਜੇ ਭਾਰਦਵਾਜ ਜੀ ਨੇ ਗੱਲਾਂ ਕੀਤੀਆਂ ਸੀ, ਬਿਲਕੁਲ ਇਸ ਨਾਲ ਸਹਿਮਤ ਨਹੀਂ ਆ। ਹਿੰਦੂ ਸਾਡੇ ਭਰਾ ਵਾ, ਸਨਾਤਨੀ ਸਾਡੇ ਭਰਾ ਵਾ, ਉਹਨਾਂ ਨਾਲੋਂ ਦੂਰ ਜਾਣ ਦੀ ਕੋਸ਼ਿਸ਼ ਕਿਉਂ? ਇੱਥੇ ਸਾਰਾ ਇੱਕ ਭਾਈਚਾਰਾ ਰਹਿੰਦਾ, ਚਾਹੇ ਪੰਜਾਬ ਆ, ਹਰਿਆਣਾ ਵਾ, ਭਾਰਤ ਆ, ਵਿਦੇਸ਼ਾਂ ਦੇ ਅੰਦਰ ਵੀ ਇੱਕ ਦੂਜੇ ਦੀ ਖੁਸ਼ੀ ਗਮੀ ਚ ਸਾਂਭਣਾ। ਠੀਕ ਹੈ, ਕੁਝ ਸ਼ਰਾਰਤੀ ਲੋਕ ਹੁੰਦੇ ਜਿਵੇਂ 1984 ਦੇ ਵਿੱਚ ਗਲਾਂ ਚ ਟਾਇਰ ਪਾ ਕੇ ਸਾੜਿਆ ਗਿਆ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਸਿੱਖਾਂ ਨੂੰ ਬਰਬਾਦ ਕੀਤਾ ਗਿਆ, ਪਰ ਬਹੁਤ ਸਾਰੇ ਸਿੱਖ ਹਿੰਦੂ ਭਰਾ ਸੀ ਜਿਨ੍ਹਾਂ ਨੇ ਸਿੱਖ ਭਰਾਵਾਂ ਨੂੰ ਆਪਣੇ ਘਰਾਂ ਚ ਸ਼ਰਨ ਦਿੱਤੀ ਉਸ ਵੇਲੇ। ਜਿਹੜੇ ਧਰਮ ਨਾਲ ਜੁੜੇ ਹੋਏ ਲੋਕ ਹਨ, ਚਾਹੇ ਉਹ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਉਹ ਸਾਰੇ ਭਰਾ ਨੇ। ਕਿਸੇ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਹੈ, ਕੋਈ ਆਪਣੀ ਰਹਿਤ ਮਰਿਆਦਾ ਦਾ ਪਾਲਣ ਕਰਨਾ ਕਿਸੇ ਨੂੰ ਦੂਰ ਕਰਨ ਦੀ ਕੋਸ਼ਿਸ਼ ਥੋੜੀ ਹੈ। ਇੰਟਰਫੇਸ ਸਭ ਨਾਲ ਹੀ ਇੱਕ ਭਾਈਚਾਰਾ, ਪਿਆਰ ਤੇ ਸਤਿਕਾਰ ਹੈ। ਪਤਾ ਨੀ ਭਾਰਦਵਾਜ ਸਾਹਿਬ ਨੂੰ ਇਹ ਕਿਉਂ ਲੱਗ ਰਿਹਾ, ਮੈਂ ਇਹਨਾਂ ਗੱਲਾਂ ਨਾਲ ਇਤਫਾਕ ਨਹੀਂ ਰੱਖਦਾ। ਠੀਕ ਹੈ, ਗਰੇਵਾਲ ਸਾਹਿਬ, ਦੇਖੋ ਤੁਸੀਂ ਅੰਦਰੂਨੀ ਮਸਲਾ ਕਹਿ ਰਹੇ ਸੀ, ਪਰ ਭਾਰਦਵਾਜ ਸਾਹਿਬ ਨੂੰ ਲੱਗ ਰਿਹਾ ਕਿ ਇਹ ਪੂਰੀ ਪਲੈਨਿੰਗ ਦੇ ਨਾਲ ਕੀਤਾ ਜਾ ਰਿਹਾ ਕਿ ਹਿੰਦੂਆਂ ਔਰ ਸਿੱਖਾਂ ਦੇ ਵਿਚਾਲੇ ਕਿਵੇਂ ਇੱਕ ਫਰਕ ਲਿਆਂਦਾ ਜਾ ਸਕੇ, ਕਿ ਕਿਵੇਂ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਦੇਖੋ ਜੀ, ਆਪਾਂ ਨਾ ਪੰਜਾਬ ਦੇ ਵਿੱਚ ਇਹ ਵਿਚਾਰ ਚਰਚਾ ਕਰ ਰਹੇ ਹਾਂ, ਤੇ ਇਸ ਇਹ ਜਿਹੜਾ ਪੰਜਾਬ ਆ ਇਸ ਗੱਲ ਦਾ ਮੋਹਰੀ ਰਿਹਾ ਕਿ ਕਦੇ ਵੀ
ਭਾਈਚਾਰਾ ਜਿਹੜਾ ਵਾ ਉਹ ਟੁੱਟਦਾ ਨਹੀਂ ਗਾ। ਕਿਤੇ ਵੀ ਇਤਿਹਾਸ ਦੇ ਅੰਦਰ ਇਹ ਨਹੀਂ ਆਇਆ ਗਾ ਕਿ ਜਿਹੜਾ ਇਹ ਜਿਹੜੇ ਸਿੱਖ ਹੈ ਉਹਨਾਂ ਨੇ ਕਿਸੇ ਤਰ੍ਹਾਂ ਕੋਈ ਭੀੜ ਨੇ ਹਜੂਮ ਨੇ ਕਿਸੇ ਹਿੰਦੂ ਤੇ ਵਾਰ ਕੀਤਾ, ਉਹਦੇ ਧਾਰਮਿਕ ਸਥਾਨ ਤੇ ਵਾਰ ਕੀਤਾ, ਉਹਦੀਆਂ ਧਾਰਮਿਕ ਰਸਮਾਂ ਤੇ ਵਾਰ ਕੀਤਾ, ਇਹ ਇਤਿਹਾਸ ਚ ਨਹੀਂ ਹੈ। ਇਹਦਾ ਕਾਰਨ ਹੈ, ਮੈਂ ਭਾਰਤਵਾਜੀ ਨੂੰ ਦੱਸਣਾ ਚਾਹੁੰਦਾ, ਜਿਵੇਂ ਇਹ ਦੱਸ ਰਹੇ ਨੇ ਕਿ ਅਸੀਂ ਦੂਰ ਨਹੀਂ ਜਾਣਾ ਚਾਹੁੰਦੇ, ਸਿੱਖਾਂ ਨੇ ਕਦੋਂ ਦੂਰ ਕੀਤਾ? ਕੋਈ ਇੱਕ ਇੰਸੀਡੈਂਟ ਦੱਸ ਦਿਓ ਜਿਹਦੇ ਚ ਦੂਰ ਕੀਤਾ। ਹੁਣ ਦੇਖੋ ਇਸ ਗੱਲ ਨੂੰ ਮਤੇ, ਮਤਲਬ ਮੈਂ ਕਿਸੇ ਧਰਮ ਦੀ ਤੁਹੀਨ ਨਹੀਂ ਕਰਦਾ ਗਾ, ਇੱਥੇ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਹਿੰਦੂ ਭਰਾ ਕਿਉਂ ਆਉਂਦੇ ਨੇ? ਕਿਉਂਕਿ ਇੱਥੇ ਬੰਦਿਸ਼ ਕੋਈ ਨਹੀਂ ਹੈ, ਇੱਥੇ ਬੰਦਿਸ਼ ਨਹੀਂ ਹੈ ਕਿ ਤੁਸੀਂ ਕੀ ਪਹਿਰਾਵਾ ਪਾ ਕੇ ਆਓਗੇ, ਕਿਹੜੀ ਜਾਤ ਨਾਲ ਸੰਬੰਧਿਤ ਰੱਖਦੇ ਹੋ, ਕੀ ਤੁਹਾਡਾ ਕਿਹੜਾ ਪਿਛੋਕੜ ਹੈ। ਇੱਥੇ ਚਾਰ ਦਰਵਾਜ਼ੇ ਖੁੱਲ੍ਹੇ ਨੇ, ਅਤੇ ਮੈਨੂੰ ਇਹ ਦੱਸੋ ਕਿ ਵਾਕਿਆ ਇਹ ਗੱਲ ਠੀਕ ਹੈ? ਜਦੋਂ ਛੁੱਟੀਆਂ ਹੁੰਦੀਆਂ ਨੇ, ਛੁੱਟੀਆਂ ਦੇ ਵਿੱਚ 70% ਜਿਹੜੇ ਆ ਸਾਡੇ ਦੁਨੀਆਂ ਦੇਸ਼ ਭਰ ਤੋਂ ਦੁਨੀਆਂ ਭਰ ਤੋਂ ਜਿਹੜੇ ਆ ਗੈਰ ਸਿੱਖ ਵੀ ਆਉਂਦੇ ਆ, ਪਰ ਮੈਨੂੰ ਇੱਕ ਇੰਸੀਡੈਂਟ ਦੱਸੋ ਕਿ ਉੱਥੇ ਉਹਨਾਂ ਨਾਲ ਕੋਈ ਵੱਖਰਾ ਵਿਤਕਰਾ ਕੀਤਾ ਜਾਵੇ। ਸਾਡੀ ਇੱਕ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਸਾਡੇ ਗੈਰ ਸਿੱਖ ਹੈ ਜਿਹਨੂੰ ਇੱਥੋਂ ਦੇ ਇਤਿਹਾਸ ਬਾਰੇ ਬਾਹਲਾ ਨਾ ਪਤਾ ਹੋਵੇ, ਉਹਨੂੰ ਹਰ ਤਰੀਕੇ ਦੀ ਜਾਣਕਾਰੀ ਮੁਹੱਈਆ ਕਰਾਈ ਜਾਵੇ। ਨਹੀਂ ਠੀਕ ਹੈ, ਪਰ ਗੱਲ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ ਸਿਰਫ ਮਰਿਆਦਾ ਦੀ ਵਜ੍ਹਾ ਦੇ ਨਾਲ ਹੀ ਰੰਗ ਬਦਲਿਆ ਗਿਆ? ਨਹੀਂ, ਦੇਖੋ ਇੱਕ ਵਿਚਾਰ ਆਈ ਆ, ਇਸ ਵਿਚਾਰ ਦੇ ਬਾਰੇ ਚਰਚਾ ਹੋਈ ਆ, ਤੇ ਕੋਈ ਨਵੀਂ ਗੱਲ ਨਹੀਂ ਕੀਤੀ ਗਈ। ਮੈਂ ਫੇਰ ਇਹ ਦੁਬਾਰਾ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਰਾਮ ਰੌਲਾ ਸਾਡੇ ਵਿਚਕਾਰ ਪਿਆ, ਇਹ ਤਾਂ ਆਜ਼ਾਦੀ ਤੋਂ ਬਾਅਦ ਅਸੀਂ ਧੜੇ ਬਣਾਏ ਨਾ। ਆਜ਼ਾਦੀ ਤੋਂ ਬਾਅਦ ਸੰਸਥਾਵਾਂ ਆਈਆਂ, ਕੋਈ ਕੱਟੜ ਹਿੰਦੂ ਸੰਸਥਾ ਆਈ, ਕੋਈ ਆਈ, ਇਹ ਤਾਂ 1932 ਤੇ 36 ਜਿਵੇਂ ਕੁਲਵੰਤ ਸਿੰਘ ਕੁਲਦੀਪ ਸਿੰਘ ਜੀ ਨੇ ਦੱਸਿਆ, ਇਹ ਤਾਂ ਉਦੋਂ ਦੇ ਫੈਸਲੇ ਨੇ। ਅਸੀਂ ਜਿਹੜਾ ਸਾਰੀ ਕੌਮ ਨੂੰ ਪ੍ਰਵਾਨਿਤ ਸੀ ਉਹ ਫੈਸਲਾ ਕੀਤਾ ਅਕਾਲ ਤਖ਼ਤ ਸਾਹਿਬ ਨੇ, ਕੋਈ ਨਵੀਂ ਗੱਲ ਨਹੀਂ ਕੀਤੀ। ਇਸ ਮੌਕੇ ਇਸ ਗੱਲ ਨੂੰ ਮੈਂ ਪਹਿਲਾਂ ਕਿਹਾ ਸੀ, ਨਾ ਦੇਖਿਆ ਜਾਵੇ। ਜੇ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ, ਭਾਰਤਵਾਜੀ ਦਾ ਮੇਰੇ ਸਾਡੇ ਮਨ ਸਤਿਕਾਰ ਆ, ਅਸੀਂ ਪੰਜਾਬ 'ਚ ਰਹਿਣਾ, ਇੱਥੇ ਤੁਹਾਡੀ ਗੱਲ ਸੁਣੀ ਜਾਂਦੀ ਆ, ਦੁਨੀਆਂ ਭਰ ਸੁਣੀ ਜਾਂਦੀ ਆ। ਜਿਹੜੇ ਸਿੱਖ ਇੱਕ ਵੱਖਰੀ ਕੌਮ ਹੈ, ਇਸ ਗੱਲ ਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ, ਨਾ ਹੀ ਨਕਾਰਨਾ ਚਾਹੀਦਾ। ਠੀਕ ਹੈ, ਹਿੰਦੂ ਮਤ ਵਾਸਤੇ ਇੱਕ, ਮੈਂ ਮੇਰੀ ਗੱਲ ਪੂਰੀ ਕਰ ਲਈ, ਹਿੰਦੂ ਹੋਣ ਵਾਸਤੇ ਜਨੇਊ ਜ਼ਰੂਰੀ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨੇਊ ਨੂੰ ਨਹੀਂ ਪਹਿਨਿਆ, ਪਰ ਕਿਤੇ ਵੀ ਉਹਨਾਂ ਨੇ ਆਪਣੇ ਸੰਦੇਸ਼ ਨਹੀਂ ਕਿਹਾ ਕਿ ਹਿੰਦੂ ਮਾੜਾ ਜਾਂ ਮੁਸਲਮਾਨ ਮਾੜਾ। ਉਹਨਾਂ ਨੇ ਸਭ ਧਰਮਾਂ ਦਾ ਸਤਿਕਾਰ ਕੀਤਾ, ਸਾਨੂੰ ਕਰਨਾ ਸਿਖਾਇਆ, ਅੱਜ ਤੱਕ ਅਸੀਂ ਕਰ ਰਹੇ ਹਾਂ। ਸੋ ਇਸ ਗੱਲ ਨੂੰ ਅਸੀਂ ਰਲ ਗੜ ਨਾ ਕਰੀਏ। ਦੇਖੋ ਗੱਲ ਇਹ ਕਿ ਚਰਚਾ ਦੇ ਵਿੱਚ ਮੈਂ ਸ਼ੁਰੂਆਤ ਕੀਤੀ ਸੀ ਬਹੁਤ ਸਾਰੇ ਸਵਾਲਾਂ ਦੇ ਨਾਲ। ਸਵਾਲ ਇਹ ਵੀ ਸੀਗਾ ਕਿ ਕਦੋਂ ਜਿਹੜਾ ਰੰਗ ਬਸੰਤੀ ਤੋਂ ਕੇਸਰੀ ਕੀਤਾ ਗਿਆ ਸੀ, ਮਰਿਆਦਾ ਦਾ ਆਪਾਂ ਜ਼ਿਕਰ ਕਰ ਰਹੇ 1932 ਦਾ। ਸਵਾਲ ਇਹ ਵੀ ਸੀ ਕਿ 92 ਸਾਲ ਬਾਅਦ ਕਿਉਂ। ਸਵਾਲ ਇਹ ਵੀ ਸੀ ਕਿ ਕਿਸੇ ਰੰਗ ਤੋਂ ਪਰਹੇਜ਼ ਤਾਂ ਨਹੀਂ ਇਸ ਕਰਕੇ, ਕਿਉਂਕਿ ਪਹਿਲੀ ਨਜ਼ਰ ਦੇ ਵਿੱਚ ਦੇਖੋ ਕੇਸਰੀ ਔਰ ਭਗਵਾ ਦੋਵੇਂ ਵੱਖਰੇ ਵੱਖਰੇ ਕਲਰ ਨੇ, ਕੋਈ ਡਾਊਟ ਨਹੀਂ, ਪਰ ਪਹਿਲੀ ਨਜ਼ਰ ਦੇ ਵਿੱਚ ਦੇਖ ਕੇ ਕੇਸਰੀ ਨੂੰ ਕੋਈ ਭਗਵਾ ਕਹਿ ਦੇਵੇ ਤਾਂ ਕੀ ਉਸਦੀ ਵਜ੍ਹਾ ਦੇ ਨਾਲ ਤਾਂ ਨਹੀਂ ਹੈ? ਇਹ ਸ਼ੁਰੂਆਤੀ ਸਵਾਲ ਸੀ। ਮੈਂ ਇੱਕ ਵਾਰੀ ਭਾਰਦਵਾਜ ਜੀ ਦਾ ਰੁੱਖ ਕਰਦੇ, ਕੁਲਦੀਪ ਜੀ ਫਿਰ ਆਊਂਗਾ ਤੁਹਾਡੇ ਕੋਲ। ਭਾਰਦਵਾਜ ਜੀ ਕਹਿਣਾ ਚਾਹ ਰਹੇ ਸੀ ਤੁਸੀਂ ਕੁਛ? ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਸੀਗਾ। ਇੱਕ ਤਾਂ ਦਾਦੋਵਾਲ ਸਾਹਿਬ ਨੇ ਗੱਲ ਕੀਤੀ ਵੀ ਸਿੱਖਾਂ ਤੇ ਟਾਇਰਾਂ ਪਾ ਪਾ ਕੇ ਇਸ ਤਰ੍ਹਾਂ ਕਤਲ ਕੀਤੇ। ਇਹਨਾਂ ਨੂੰ ਇਹ ਵੀ ਯਾਦ ਹੋਣਾ ਚਾਹੀਦਾ 1980 ਔਰ 90 ਦੇ ਦਸ਼ਕ ਦੇ ਵਿੱਚ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ ਹਿੰਦੂਆਂ ਨੂੰ ਬੜਾ ਕਤਲ ਕੀਤੇ, 35,000 ਹਿੰਦੂਆਂ ਦੇ ਕਤਲ ਕੀਤੇ ਸਿਰਫ ਹਿੰਦੂ ਦੀ ਵਜ੍ਹਾ ਨਾਲ। ਇੱਕ ਤਾਂ ਇਹਨਾਂ ਦਾ ਇਹ ਜਵਾਬ ਸੀਗਾ। ਭਾਈ ਸਾਹਿਬ ਕਹਿ ਰਹੇ ਸੀਗੇ ਗਰੇਵਾਲ ਜੀ ਵੀ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਜਨੇਊ ਨਹੀਂ ਪਾਇਆ, ਹਿੰਦੂ ਜਿਹੜਾ ਹਿੰਦੂ ਹੈ ਉਹ ਜਨੇਊ ਪਾਏਗਾ। ਗਰੇਵਾਲ ਸਾਹਿਬ, ਜ਼ਰੂਰੀ ਨਹੀਂ ਹੈ ਕਿ ਹਰ ਹਿੰਦੂ ਜਨੇਊ ਪਾਏ, ਔਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਰੇ ਸਿੱਖ ਗਾਤਰਾ ਪਾਣ, ਅੰਮ੍ਰਿਤ ਛਕ ਲੈਣ। ਬੜੇ ਦੁਨੀਆਂ ਬੈਠੀ ਹੈ,
ਜਿਹੜੇ ਜਿਹਨੇ ਅੰਮ੍ਰਿਤ ਨਹੀਂ ਛਕਿਆ ਪਰ ਹੈ ਸਿੱਖ। ਨੰਬਰ ਦੋ, ਤੁਸੀਂ ਕਹਿ ਰਹੇ ਹੋ ਕਿਸ ਤਰ੍ਹਾਂ ਵਿਤਕਰਾ ਕੀਤਾ ਗਿਆ, ਇਹਦਾ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਹ ਜਵਾਬ ਦਊਂਗਾ। ਤੁਸੀਂ ਕਹਿੰਦੇ ਵੀ ਸਾਡੀ ਆਪਣੀ ਮਰਿਆਦਾ, ਬਿਲਕੁਲ ਠੀਕ ਆ, ਅਸੀਂ ਮੰਨਦੇ ਹਾਂ, ਪਰ ਅਸਲੀਅਤ ਕੀ ਹੈ? ਜਿਸਲੇ ਤੁਸੀਂ ਸਹਿਜਦਾਰੀ ਸਿੱਖਾਂ ਨੂੰ, ਤੁਸੀਂ ਹੁਣ ਕਹਿ ਰਹੇ ਸੀ ਗੈਰ ਸਿੱਖ ਕਹਿੰਦੇ ਪਏ ਸੀ, ਇਹ ਗੈਰ ਸਿੱਖ ਕੋਈ ਆਮ ਉਹ ਨਹੀਂ ਹੈ, ਇਹ ਗੈਰ ਸਿੱਖ ਜਿਹੜੇ ਆ ਹਿੰਦੂ ਹੈ, ਜਿਹੜੇ ਤੁਸੀਂ ਜਿਹਨਾਂ ਨੂੰ ਸਹਿਜਦਾਰੀ ਸਿੱਖ ਕਹਿ ਕੇ ਇੱਥੋਂ ਤੋਂ ਛੇਦਤਾ, ਬਾਹਰ ਕੱਢਤਾ ਆਪਣੇ ਐਸ ਜੀ ਪੀ ਸੀ ਤੋਂ ਵੋਟ ਪਾਉਣ ਤੋਂ ਜਾਂ ਉਹ ਨਜ਼ਦੀਕ ਆਉਣ ਤੋਂ, ਇਹ ਉਹਦਾ ਬੜਾ ਵੱਡਾ ਕਾਰਨ ਬਣਿਆ। ਉਹੀ ਜਿਹੜੇ ਗੁਰੂ ਨਾਨਕ ਨਾਮ ਲੇਵਾ ਸਾਰੇ ਸਿੱਖ ਹੈ, ਅਸੀਂ ਵੀ ਅਸੀਂ ਹਿੰਦੂ ਧਰਮ ਨੂੰ ਮੰਨਦੇ ਹਾਂ, ਸਨਾਤਨੀ ਹੈ, ਪਰ ਸਾਡੀ ਗੁਰੂਆਂ ਦੇ ਪ੍ਰਤੀ ਸ਼ਰਧਾ, ਇਸ ਕਰਕੇ ਅਸੀਂ ਇੱਥੇ ਗੁਰਦੁਆਰੇ 'ਚ ਮੱਥਾ ਟੇਕਣ ਜਾਂਦੇ ਹਾਂ। ਜੇ ਤੁਸੀਂ ਕਹੋ ਅਸੀਂ ਗੈਰ ਸਿੱਖ, ਅਸੀਂ ਗੈਰ ਸਿੱਖ ਨਹੀਂ ਹੈ। ਮੈਂ ਬਾਰ ਬਾਰ ਤੁਹਾਨੂੰ ਜ਼ਿਕਰ ਕਰਦਾ, ਤੁਸੀਂ ਸਾਨੂੰ ਇੰਨਾ ਇੰਸਲਟਡ ਸ਼ਬਦ ਨਾ ਇਸਤੇਮਾਲ ਕਰੋ ਵੀ ਅਸੀਂ ਗੈਰ ਸਿੱਖ ਹਾਂ, ਅਸੀਂ ਹਿੰਦੂ ਹਾਂ, ਸਾਡੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ, ਗੁਰਦੁਆਰਿਆਂ ਪ੍ਰਤੀ ਸ਼ਰਧਾ। ਪਰ ਜਿਹੜਾ ਤੁਸੀਂ ਥੋੜ੍ਹੀ ਇੱਕ ਐਕਸਪਲੇਨ ਕਰੋ ਕਿ ਜੇਕਰ ਕੋਈ ਮਸਜਿਦ ਦੇ ਵਿੱਚ ਹਿੰਦੂ ਜਾਂ ਸਿੱਖ ਜਾ ਰਿਹਾ ਹੈ, ਕਿ ਉਹ ਗੈਰ ਮੁਸਲਿਮ ਨਹੀਂ ਹੋਏਗਾ? ਜੇਕਰ ਕਿਸੇ ਮੰਦਿਰ ਦੇ ਵਿੱਚ ਕੋਈ ਸਿੱਖ ਜਾਂ ਫਿਰ ਕੋਈ ਮੁਸਲਿਮ ਜਾ ਰਿਹਾ ਹੈ, ਜਾਂ ਕਿਸੇ ਹੋਰ ਧਰਮ ਦਾ ਕੋਈ ਸ਼ਖਸ ਜਾ ਰਿਹਾ ਹੈ, ਕਿ ਉਹ ਗੈਰ ਹਿੰਦੂ ਨਹੀਂ ਹੋਏਗਾ? ਨਹੀਂ, ਗੈਰ ਹਿੰਦੂ, ਮੈਂ ਤੁਹਾਨੂੰ ਇਹ ਗੱਲ ਕਰਦਾ, ਇਸਲਾਮ ਕ੍ਰਿਸਚੈਨਿਟੀ ਇਹ ਸਾਡੇ ਤੋਂ ਬੜੀ ਅੱਡ ਹੈ। ਅਸੀਂ ਜਿਹੜੇ ਸਿੱਖ ਆਪਣੇ ਸਿੱਖ ਹਿੰਦੂ ਬੁੱਧ ਜੈਨ, ਅਸੀਂ ਇਸੇ ਹਿੰਦੁਸਤਾਨ ਦੀ ਹੀ ਪੈਦਾਇਸ਼ ਹਾਂ, ਸਾਰੇ ਜਣੇ ਇੱਥੋਂ ਹੀ ਸਾਰੇ ਹੋਏ ਹਾਂ। ਇਹ ਇਸਲਾਮ ਔਰ ਇਹਨੂੰ ਅਸੀਂ ਆਪਣਾ ਗੈਰ ਮੁਸਲਿਮ, ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਹਾਂ ਵੀ ਗੈਰ ਹਿੰਦੂ ਹੈ, ਪਰ ਸਿੱਖਾਂ ਨੂੰ, ਕਿਉਂਕਿ ਉਹਨਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਨਾ ਨਾ ਕ੍ਰਿਸਚਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਸ਼ਰਧਾ, ਔਰ ਨਾ ਹੀ ਮੁਸਲਮਾਨਾਂ ਦੀ ਸ਼ਰਧਾ। ਉਹ ਆਪਣੇ ਕੁਰਾਨ ਦੇ ਇਲਾਵਾ ਕਿਸੇ ਨੂੰ ਨਹੀਂ ਮੰਨਦੇ, ਇਸੇ ਤਰੀਕੇ ਨਾਲ ਬਾਈਬਲ ਦੇ ਇਲਾਵਾ ਕਿਸੇ ਨੂੰ ਨਹੀਂ ਮੰਨਦੇ, ਨਾ ਸਾਡਾ ਪ੍ਰਸ਼ਾਦ ਖਾਂਦੇ ਆ, ਕੁਛ ਨਹੀਂ ਕਰਦੇ। ਸਿਰਫ ਇੱਕ ਹਿੰਦੂ ਕਮਿਊਨਿਟੀ ਹੈ ਜਿਹੜੀ ਸਿੱਖਾਂ ਦਾ ਸਾਰਾ ਕੁਛ ਮਰਿਆਦਾ ਉਸ ਤਰੀਕੇ ਨਾਲ ਜਾਂਦੇ ਆ, ਪਾਲਣ ਕਰਦੇ ਆ, ਉਸੇ ਤਰੀਕੇ ਨਾਲ ਉਹਨਾਂ ਦੀ ਇੱਜ਼ਤ ਕਰਦੇ ਆ। ਆਪਣੇ ਜਿਹੜੀ ਇਹਨਾਂ ਨਾਲ ਸਾਡਾ ਕੰਪੈਰੀਜ਼ਨ ਨਾ ਕਰੋ ਬਿਲਕੁਲ ਹੀ, ਨਾ ਮੁਸਲਮਾਨਾਂ ਨਾ ਈਸਾਈ ਦੇ ਨਾਲ। ਠੀਕ ਹੈ, ਚਲੋ ਛੋਟਾ ਜਿਹਾ ਕਮੈਂਟ ਲੈਣ ਦਿਓ ਗਰੇਵਾਲ ਸਾਹਿਬ। ਮੈਂ ਕੁਲਦੀਪ ਜੀ ਆ ਰਹੇ ਤੁਹਾਡੇ ਕੋਲ, ਗਰੇਵਾਲ ਜੀ। ਮੈਂ ਬੇਨਤੀ ਕਰਦਾ ਭਾਰਤਵਾਜ ਜੀ, ਜਿਹੜਾ ਸਿੱਖ ਧਰਮ ਹੈ, ਸਿੱਖ ਫਲਸਫਾ ਨਾ ਜਿਹੜਾ, ਮੈਂ ਇਹਨਾਂ ਨੂੰ ਗੈਰ ਸਿੱਖ ਨਾ ਡਿਫਰੈਂਸ਼ੀਏਟ ਕੀਤਾ। ਗੁਰੂ ਨਾਨਕ ਨਾਮ ਲੇਵਾ ਸਿੱਖ ਤਾਂ ਕੁੱਲ ਦੁਨੀਆਂ ਦੇ ਅੰਦਰ ਨੇ, ਰਸ਼ੀਆ ਦੇ ਜੀ, ਬੰਗਲਾਦੇਸ਼, ਨੇਪਾਲ, ਕਿੱਥੇ ਭੂਟਾਨ, ਚੀਨ, ਇੱਥੇ ਸਭ ਥਾਂ ਅੱਜ ਵੀ ਬੈਠੇ ਆ। ਮੈਂ ਸਿਰਫ ਉਹੀ ਗੱਲ ਤੁਹਾਡੇ ਵਾਲੀ ਜਿਵੇਂ ਕੀਤੀ ਹੈ ਕਿ ਤੁਸੀਂ ਕਿਹਾ ਵੀ ਜੇ ਕੋਈ ਸਿੱਖ ਮੰਦਿਰ ਜਾਵੇਗਾ ਤੇ ਉਹਨੂੰ ਗੈਰ ਹਿੰਦੂ ਕਿਹਾ ਜਾਵੇਗਾ, ਇਹ ਡਿਫਰੈਂਸ਼ੀਏਟ ਕੀਤਾ ਗਿਆ। ਜਿਹੜਾ ਉੱਥੇ ਆਉਂਦਾ ਉਹਦੇ ਲਈ ਸਰਕਾਰ, ਅਸੀਂ ਆਪਣਾ ਗੈਰ ਹਿੰਦੂ ਨਹੀਂ ਕਿਹਾ ਜਾਏਗਾ। ਨਹੀਂ ਨਹੀਂ, ਵੇਖੋ ਗੁਰੂ ਨਾਨਕ ਨਾਮ ਲੇਵਾ ਸਿੱਖ ਕਹਿੰਦੇ ਆ। ਹੁਣ ਮੈਂ, ਤੁਸੀਂ ਕਿਹਾ ਵੀ ਮੁਸਲਮਾਨ ਨਹੀਂ ਹੋ ਸਕਦਾ ਸਿੱਖਾਂ ਦੇ ਉਸ ਦੇ ਭਾਈਚਾਰੇ ਦੇ ਵਿੱਚ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨਾ ਜੀ ਨੂੰ ਆਪਣੇ ਨਾਲ ਰੱਖਿਆ, ਸਾਰੀ ਉਮਰ ਜਿੰਨੀਆਂ ਉਦਾਸੀਆਂ ਕੀਤੀਆਂ ਉਹ ਇੱਕ ਮੁਸਲਮਾਨ ਸਨ, ਉਹਨਾਂ ਨੂੰ ਨਾਲ ਰੱਖਿਆ। ਸਿੱਖ ਫਲਸਫਾ ਜਿਹੜਾ ਉਹ ਕਿਸੇ ਮਜ਼ਹਬ ਦਾ ਨਾਲ ਵਿਰੋਧ ਜਾਂ ਮਜ਼ਹਬ ਨਾਲ ਹਮਾਇਤ ਨਹੀਂ ਕਰਦਾ। ਸਿੱਖ ਫਲਸਫਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵਾ, ਜਿਹੜਾ ਸਭ ਨੂੰ ਕਲਾਵੇ ਵਿੱਚ ਲੈਂਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਇਸ ਗੱਲ ਦਾ ਪ੍ਰਤੀਕ ਹੈ। ਠੀਕ ਹੈ, ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਦਲਿਤ ਆ, ਚਾਹੇ ਕੋਈ ਵੀ ਆ। ਮੈਨੂੰ ਲੱਗਦਾ ਕਿ ਪੁਆਇੰਟ ਹੈ ਕਿ ਆਪਾਂ ਕਿਸੇ ਧਰਮ ਨੂੰ ਲੈ ਕੇ ਬਿਲਕੁਲ ਇੱਕ ਲਾਰਜਰ ਪਿਕਚਰ ਦੇ ਉੱਤੇ ਜਾ ਕੇ, ਕਿਉਂਕਿ ਆਮ ਤੌਰ ਤੇ ਆਪਾਂ ਕਹਾਵਤ ਦਾ ਇਸਤੇਮਾਲ ਕਰਦੇ ਹਾਂ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਹੋ ਸਕਦਾ ਕਿਸੇ ਵੀ ਧਰਮ ਦੇ ਵਿੱਚ, ਚਾਹੇ ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਕ੍ਰਿਸਚਨਸ ਨੇ, ਜਾਂ ਕੋਈ ਹੋਰ ਧਰਮ ਹੈ, ਹੋ ਸਕਦਾ ਉਸ ਦੇ ਵਿੱਚ ਕੁਝ ਲੋਕ ਅਜਿਹੇ ਹੋਣ ਜਿਹੜੇ ਕਿਸੇ ਹੋਰ ਧਰਮ ਦੇ ਵਿੱਚ ਆਸਥਾ ਨਾ ਰੱਖਦੇ ਹੋਣ, ਪਰ ਹੋ ਸਕਦਾ ਕਿ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਲੋਕ ਹੋਣ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਸਥਾ ਰੱਖਦੇ ਹੋਣ, ਜੋ ਮੰਦਿਰ ਦੇ ਵਿੱਚ ਜਾ ਕੇ ਵੀ ਮੱਥਾ ਟੇਕਦੇ ਹੋਣ, ਉੱਥੇ ਵੀ ਉਹਨਾਂ ਦੀ ਆਸਥਾ ਹੋਵੇ।
ਔਰ ਇਹ ਬਹੁਤ ਸਾਰੀਆਂ ਐਗਜ਼ਾਮਪਲਸ ਹੋਣਗੀਆਂ, ਮੈਨੂੰ ਲੱਗਦਾ ਕਿ ਆਲਰੇਡੀ ਬਹੁਤ ਸਾਰੇ ਆਪਾਂ ਚਰਚਾ ਆਲਰੇਡੀ ਕਰ ਚੁੱਕੇ ਹਾਂ। ਕੁਲਦੀਪ ਜੀ ਬਹੁਤ ਦੇਰ ਦਾ ਇੰਤਜ਼ਾਰ ਕਰ ਰਹੇ ਨੇ। ਕੁਲਦੀਪ ਜੀ ਦੇਖੋ, ਗੱਲ ਇਹ ਹੈ ਕਿ ਪਿਛਲੇ ਕੁਝ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਨਾਲ ਗੱਲ ਹੋਈ। 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਕਰ ਹੋਇਆ ਕਿ ਪੋਲਰਾਈਜੇਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਡੂਰ ਸਾਹਿਬ ਅਤੇ ਫਰੀਦਕੋਟ ਦੀ ਸੀਟ ਦੇ ਉੱਤੇ ਖਾਲਸਾ ਅਤੇ ਅੰਮ੍ਰਿਤਪਾਲ ਦੇ ਜਿੱਤਣ ਤੋਂ ਬਾਅਦ ਇਹ ਬੜਾ ਜ਼ਿਕਰ ਹੋਇਆ ਕਿ ਬਾਕੀ ਜਿਹੜੇ ਭਾਰਦਵਾਜ ਸਾਹਿਬ ਨੇ ਉਹਨਾਂ ਦੀ ਗੱਲ ਨੂੰ ਉਸ ਪੂਰੀ ਸਿਆਸਤ ਦੇ ਨਾਲ ਜੋੜਨਾ ਠੀਕ ਹੋਏਗਾ ਜਾਂ ਜੋੜਿਆ ਜਾ ਸਕਦਾ ਹੈ? ਦੇਖੋ ਗੌਰਵ ਜੀ, ਮੈਨੂੰ ਨਾ ਟਾਈਮ ਦਿਓ, ਮੈਂ ਕਿਸੇ ਦੀ ਗੱਲ 'ਚ ਬੋਲਿਆ ਨਹੀਂ। ਮੈਂ ਪੁਆਇੰਟ ਟੂ ਪੁਆਇੰਟ ਜਿੰਨੇ ਵੀ ਇੱਥੇ ਸੱਜਣ ਭਰਾ ਬੈਠੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਜੀ। ਭਾਰਦਵਾਜ ਸਾਹਿਬ ਨੇ ਜਿਵੇਂ ਆਖਿਆ ਨਾ ਵੀ ਮਿਸਟਰ ਮੈਕਾਲਫ ਦਰਬਾਰ ਸਾਹਿਬ ਆਇਆ, ਉਹਨੇ ਦਿਨੇ ਦੀਵੇ ਜਗਦੇ ਵੇਖੇ, ਉਹਨੇ ਆਖਿਆ ਵੀ ਮੈਂ ਅਲੱਗ ਕਿਵੇਂ ਕਰ। ਫਿਰ ਇਹਨਾਂ ਨੇ ਆਖਿਆ ਜੀ ਦੀਵਾਲੀ ਨੂੰ ਇਹਨਾਂ ਬੰਦੀ ਛੋੜ ਦਿਹਾੜਾ ਪਾਓ। ਪਹਿਲੀ ਗੱਲ ਤੇ ਇਹ ਵੀ ਭਾਰਦਵਾਜ ਸਾਹਿਬ ਤੁਸੀਂ ਨਾ ਸਾਡੇ ਇਤਿਹਾਸ ਦੇ ਸਰੋਤ ਪੜੋ। ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਆ ਕਿ ਸਤਿਗੁਰੂ ਜਿਹੜਾ ਵਾ ਨਾ, ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ। ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਆਏ, ਉਹ ਦਰਬਾਰ ਸਾਹਿਬ ਗਏ ਤੇ ਸਿੱਖ ਰਵਾਇਤਾਂ ਦੇ ਵਿੱਚ ਉਹਨੂੰ ਨਾਮ ਦਿੱਤਾ ਗਿਆ ਬੰਦੀ ਛੋੜ, ਨਾ ਕਿ ਇਹ ਮੈਕਾਲਫ ਨੇ ਦਿੱਤਾ ਨਾ ਇਹ ਅੰਗਰੇਜ਼ਾਂ ਨੇ ਦਿੱਤਾ। ਤੀਜੀ ਗੱਲ, ਇਹ ਵਾਰ ਵਾਰ ਗੱਲ ਕਹਿ ਰਹੇ ਆ ਵੀ ਹਿੰਦੂਆਂ ਨੂੰ ਸਿੱਖਾਂ ਨਾਲੋਂ ਨਖੇੜਿਆ ਜਾ ਰਿਹਾ। ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਾਮਾਨੰਦ ਜੀ ਦੀ ਬਾਣੀ ਦਰਜਾ, ਜਿਹੜੇ ਕਹਿੰਦੇ ਆ ਰਾਮਾਨੰਦ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਉਹ ਬ੍ਰਾਹਮਣ ਸੀ ਪਰ ਉਹ ਇੱਕ ਰੱਬ ਨੂੰ ਮੰਨਦੇ ਆ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਆ, ਭਗਤ ਰਵਿਦਾਸ ਆ, ਉਹ ਸਾਡਾ ਤੇ ਦਿਲ ਬਿਲਕੁਲ ਖੁੱਲਾ ਵਾ। ਚੌਥੀ ਗੱਲ, ਇਹ ਵਿਵਾਦ ਕਹਿੰਦੇ ਵੀ ਹਜੇ ਪੀਸੀ ਅੰਗਰੇਜ਼ਾਂ ਦੀ ਦੇਣ ਹੀ ਅਲੱਗ ਕਰਨਾ ਚਾਹੁੰਦੇ ਸੀ, ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਇਹ ਜਿਹੜਾ ਦਯਾਨੰਦ ਸਰਸਵਤੀ ਉਹਦੇ ਨਾਲ ਸਹਿਮਤ ਆ, ਵਿਵਾਦ ਕਿੱਥੋਂ ਸ਼ੁਰੂ ਹੋਇਆ? ਮੈਂ ਮੋਢੇ ਤੇ ਚਲਾ ਹੀ ਜਾਂਦਾ ਜਿਵੇਂ ਇਹਨਾਂ ਨੇ ਗੱਲ ਛੇੜਨੀ। ਦਯਾਨੰਦ ਸਰਸਵਤੀ ਨੇ ਕਿਤਾਬ ਲਿਖੀ ਸੀ ਆਪਣੀ ਇੱਕ ਸਤਿਆਰਥ ਪ੍ਰਕਾਸ਼, ਉਹਦੇ ਵਿੱਚ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ, ਬਾਕੀ ਗੁਰੂ ਸਾਹਿਬ ਦੇ ਬਾਰੇ ਗਲਤ ਲਿਖਿਆ, ਗੁਰੂਆਂ ਦੇ ਬਾਰੇ ਬਹੁਤ ਅਪਸ਼ਬਦ ਬੋਲੇ। ਉਹਦਾ ਜਵਾਬ ਦਿੱਤਾ ਸੀ ਸਾਡੇ ਗਿਆਨੀ ਦਿੱਤ ਸਿੰਘ ਹੋਣਾ ਨੇ, ਤਿੰਨ ਵਾਰੀ ਉਹਨਾਂ ਸਿੱਧੀ ਡਿਬੇਟ ਦੇ ਵਿੱਚ ਉਹਨਾਂ ਨੂੰ ਹਰਾਇਆ। ਫਿਰ ਆਰੀਆ ਸਮਾਜ ਦੀ ਸ਼ਹਿਰ ਤੇ ਇੱਕ ਕਿਤਾਬ ਲਿਖੀ ਗਈ ਕਿ ਸਿੱਖ ਹਿੰਦੂ ਹਨ, ਉਹਦਾ ਜਵਾਬ ਦਿੱਤਾ ਭਾਈ ਕਾਨ ਸਿੰਘ ਨਾਭਾ ਨੇ, ਹਮ ਹਿੰਦੂ ਨਹੀਂ। ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਬਾਣੀ ਦੇ ਆਧਾਰ ਦੇ ਉੱਤੇ ਦਿੱਤਾ। ਬਾਣੀ ਦੇ ਵਿੱਚ ਲਿਖਿਆ ਆ ਹਮਰਾ ਝਗੜਾ ਰਹਾ ਨਾ ਕੋਊ, ਪੰਜਤ ਮੁੱਲਾ ਸਾਡੇ ਦੋ, ਪੰਜਤ ਮੁੱਲਾ ਜੋ ਲਿਖ ਦੀਆ, ਛਾੜ ਚਲੇ ਹਮ ਕਸ਼ੂ ਨਾ ਲੀਗਾ। ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਨਾ ਜਨੇਊ, ਜਿੱਦਣ ਬਾਬੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਹੀਂ ਪਾਇਆ, ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਦਇਆ ਕਪਾਹ ਸੰਤੋਖ ਸੂਤ, ਜੱਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ। ਉਹਨਾਂ ਨੇ ਗੁਣਾਂ ਦੇ ਜਨੇਊ ਦੀ ਗੱਲ ਕੀਤੀ, ਤੁਹਾਡਾ ਅਸੀਂ ਨਹੀਂ ਮੰਨਦੇ, ਅਸੀਂ ਤੁਹਾਡੇ ਧਰਮ ਦੀ ਕਦਰ ਕਰਦੇ ਹਾਂ, ਸਾਡੀ ਗੁਰਬਾਣੀ ਸਾਡੀ ਸਿੱਖ ਇਤਿਹਾਸ ਦੇ ਸਰੋਤ, ਸਾਡੀ ਰਹਿਤ ਮਰਿਆਦਾ ਸਾਨੂੰ ਵੱਖਰੀ ਕੌਮੀਅਤ ਦਾ ਦਰਜਾ ਦਿੰਦੀ ਆ, ਤੇ ਤੁਹਾਨੂੰ ਕੀ ਇਤਰਾਜ਼ ਆ? ਸਾਨੂੰ ਨਹੀਂ ਇਤਰਾਜ਼, ਤੁਸੀਂ ਹਿੰਦੂ ਹੋ, ਹਿੰਦੂ ਵੀਰ ਇੱਥੇ ਆਉਂਦੇ ਆ ਜੀ ਸੱਦ ਕੇ ਆਉਣ, ਪਰ ਜਿਹੜਾ ਤੁਸੀਂ ਵਾਰ ਵਾਰ ਇਹ ਬਲੇਮ ਕਰ ਰਹੇ ਹੋ ਕਿ ਸਿੱਖ ਹਿੰਦੂਆਂ ਚੋਂ ਹੀ ਆ ਜਾਂ ਸਿੱਖ ਹਿੰਦੂ ਹੀ ਆ, ਅਸੀਂ ਵੱਖਰੇ ਆ, ਸਾਨੂੰ ਤੁਹਾਡੇ ਕੋਲੋਂ ਸਰਟੀਫਿਕੇਟ ਥੋੜਾ ਸੀ ਲੈਣਾ। ਚਲੋ ਇਹ ਫਿਰ ਇੱਕ ਗੱਲ ਹੋਰ ਕਹਿ ਰਿਹਾ ਸੀ ਜੀ 35,000 ਹਿੰਦੂ ਮਾਰਿਆ, ਮੈਂ ਇਹਨਾਂ ਨੂੰ ਕਹਿੰਦਾ ਸਬੂਤ ਲਿਆਓ 35,000 ਦਾ ਤੇ ਅਸੀਂ ਤੁਹਾਡੇ ਕੋਲੋਂ 100 ਵਾਰੀ ਮਾਫੀ ਮੰਗਾਂਗੇ, ਪੂਰਾ ਸਬੂਤ ਤੇ ਲਿਆਓ, ਹਰ ਵਾਰੀ ਇੱਕੋ ਹੀ ਗੱਲ ਇੱਕੋ ਹੀ ਪ੍ਰੋਪੋਗੰਡਾ। ਤੋਂ ਪੰਜਾਬ ਅੱਜ ਵੀ ਗੁਰੂਆਂ ਦੇ ਨਾਂ ਤੇ ਜਿਉਂਦਾ, ਇੱਥੇ ਸਿੱਖ ਈਸਾਈ
ਮੁਸਲਮਾਨ ਹਿੰਦੂ ਭਰਾ ਬਿਲਕੁਲ ਇਤਫਾਕ ਦੇ ਨਾਲ ਰਹਿੰਦੇ ਆ। ਸਾਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ। ਤੁਸੀਂ ਭਾਰਦਵਾਜ ਸਾਹਿਬ ਦੇ ਦਾਅਵੇ ਨੂੰ ਝੁਠਲਾ ਰਹੇ ਹੋ ਕਿ ਕੋਈ 80 ਔਰ 90 ਦੇ ਦਹਾਕੇ ਦੇ ਵਿੱਚ ਉਹ ਘਟਨਾਕ੍ਰਮ ਨਹੀਂ ਵਾਪਰਿਆ। ਮੈਂ ਕਹਿੰਦਾ ਜੀ 35,000 ਦਾ ਡਾਟਾ ਲੈਓ ਤੇ ਸਬੂਤ ਲੈਓ, ਗੱਲ ਕਰ ਲੈਣ, ਅਸੀਂ ਸਬੂਤ ਲੈ ਆਵਾਂਗੇ ਕਿ ਦਿੱਲੀ ਦੀ ਸ਼ਹਿਰ ਦੇ ਉੱਤੇ ਸਾਡੇ ਕਿੰਨੇ ਨਿਰਦੋਸ਼ ਸਿੱਖ ਮਾਰੇ ਗਏ, ਅਸੀਂ ਡਾਟਾ ਦੇ ਦਿੰਦੇ, ਇਹ ਵੀ ਆਪਣਾ ਡਾਟਾ ਲੈ ਆਉਣ। ਔਰ ਜਿਹੜੇ ਇਹਨਾਂ ਦੇ ਬੰਦੇ ਵਾਰ ਵਾਰ ਇਸੇ ਤਰੀਕੇ ਨਾਲ ਇਸਲਾਮ ਜਿਹੜਾ ਕੁਰੈਸ਼ੀਆਂ ਚੋਂ ਨਿਕਲਿਆ, ਕਦੀ ਕੁਰੈਸ਼ੀਆਂ ਨੇ ਕਿਹਾ ਵੀ ਮੁਸਲਮਾਨ ਆ, ਜੇ ਚੁੱਧ ਤਰ੍ਹਾਂ ਤੁਸੀਂ ਦੁੱਧ ਬਣਾ ਸਕਦੇ ਹੋ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਨਾ ਪਾ ਕੇ ਸਿੱਧ ਹੀ ਕਰਦਾ ਕਿ ਸਾਡਾ ਧਰਮ ਹਿੰਦੂ ਨਹੀਂ। ਮੈਂ ਜਵਾਬ ਲੈਣਾ, ਤੁਸੀਂ ਤਫਸੀਰ ਆਪਣੀ ਗੱਲ ਰੱਖੀ, ਮੈਂ ਇੱਕ ਵਾਰ ਦਾ ਰੁਕ ਕਰ ਲਵਾਂ। ਦਾਦੂਵਾਲ ਸਾਹਿਬ, ਕੀ ਇਸ ਨੂੰ ਸਿਆਸਤ ਦੇ ਨਾਲ ਜੋੜਨਾ ਜਾਇਜ਼ ਹੈ ਜਾਂ ਨਹੀਂ? ਦੇਖੋ, ਗੱਲ ਇਹ ਹੈ ਕਿ ਭਗਵੇ ਰੰਗ ਦੀ ਚਰਚਾ ਪਿਛਲੇ ਕਰੀਬ ਕਰੀਬ ਇੱਕ ਦਹਾਕੇ 'ਚ ਪੂਰੇ ਦੇਸ਼ ਦੇ ਵਿੱਚ ਖੂਬ ਹੋਈ ਹੈ, ਇਸ ਦੇ ਵਿੱਚ ਕੋਈ ਦੌਰਾ ਨਹੀਂ ਹੈ, ਤੁਸੀਂ ਬਾਖੂਬੀ ਸਮਝਦੇ ਹੋ, ਪਰ ਕੀ ਵਾਕਈ ਪੰਜਾਬ ਦੇ ਵਿੱਚ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਆਦੇਸ਼ ਪੰਜਾਬ ਦੀ ਸਿਆਸਤ ਦੇ ਨਾਲ ਜੋੜਨਾ ਠੀਕ ਹੈ? ਪਿਛਲੇ ਮੈਂ ਜ਼ਿਕਰ ਕਰਾਂ, 1-2 ਸਾਲਾਂ ਦਾ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਦਾ ਬਹੁਤ ਜ਼ਿਕਰ ਹੁੰਦਾ ਕਿ ਧਰੁਵੀਕਰਨ ਕੀਤਾ ਜਾ ਰਿਹਾ ਹੈ ਵੋਟਾਂ ਦਾ, ਕਿ ਉਸਦੇ ਤਹਿਤ ਇਸ ਨੂੰ ਗਿਣਿਆ ਜਾਵੇ। ਅੱਛਾ, ਕਈ ਵਾਰ ਹੁੰਦਾ ਕਿ ਤੁਸੀਂ ਡਿਸਾਈਡ ਕਰਦੇ ਹੋ ਜਾਂ ਡਿਸੀਜਨ ਜਥੇਦਾਰ ਸਾਹਿਬ ਜਾਂ ਐਸਜੀਪੀ ਨੇ ਲਿਆ, ਫਾਈਲ ਉਠਾ ਕੇ ਲੈ ਕੇ ਨਾ ਸਾਰੇ ਫਾਈਲਾਂ, ਜਥੇਦਾਰ ਸਾਹਿਬ ਜਾਂ ਐਸਜੀਪੀ ਨੇ ਆਦੇਸ਼ ਦਿੱਤਾ ਕਿ ਸਿੱਧੇ ਤੌਰ ਦੇ ਉੱਤੇ ਉਹ ਨਾ ਹੋਣ, ਪਰ ਕੀ ਘੁੰਮ ਕੇ ਉਹ ਸਿੱਧਾ ਇਫੈਕਟ ਆ ਸਕਦਾ ਉਸ ਜਿਵੇਂ ਭਾਰਦਵਾਜ ਸਾਹਿਬ ਜ਼ਿਕਰ ਕਰ ਰਹੇ ਨੇ? ਦਾਦੂਵਾਲ ਜੀ, ਦੇਖੋ ਸੁਖਲਾ ਸਾਹਿਬ, ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਧਰਮ ਜੋੜਦਾ ਵਾ, ਤੋੜਦਾ ਨਹੀਂ ਹੈ। ਨਾ ਹਿੰਦੂ ਹੈ ਬੁਰਾ, ਨਾ ਮੁਸਲਮਾਨ ਹੈ ਬੁਰਾ। ਬੁਰਾਈ ਹੈ ਜਿਨ ਕੇ ਦਿਲ ਮੇ, ਵੋ ਇਨਸਾਨ ਹੈ ਬੁਰਾ। ਚਾਹੇ ਉਹ ਕਿਸੇ ਧਰਮ ਚ ਪੈਦਾ ਹੋਇਆ ਹੋਵੇ, ਜਿਹਦੇ ਮਨ ਚ ਬੁਰਾਈ ਆ ਗਈ, ਚਾਹੇ ਉਹ ਵਜੀਦ ਖਾਨ ਸੂਬਾ ਸਰਹੰਦ ਸੀ, ਚਾਹੇ ਔਰੰਗਜ਼ੇਬ ਸੀ, ਚਾਹੇ ਉਹ ਸੁੱਚਾ ਆਨੰਦ ਸੀ, ਗੰਗੂ ਬ੍ਰਾਹਮਣ ਸੀ, ਉਹਨਾਂ ਨੂੰ ਅਸੀਂ ਬੁਰਾ ਗਿਣ ਸਕਦੇ ਹਾਂ। ਉਹ ਚਾਹੇ ਕਿਸੇ ਧਰਮ ਚ, ਉਹਨਾਂ ਨਾਲ ਧਰਮ ਨੂੰ ਨੀ ਜੋੜਨਾ ਚਾਹੀਦਾ। ਉਹਨਾਂ ਨੇ ਆਪਣੇ ਧਰਮ ਨੂੰ ਬਦਨਾਮ ਕੀਤਾ, ਆਪਣੇ ਧਰਮ ਨੂੰ ਜਿਹੜਾ ਸੀਗਾ ਉਹਨਾਂ ਨੇ ਨੀਵਾਂ ਝੁਕਾਇਆ ਗਲਤ ਕੰਮ ਕਰਕੇ। ਪਰ ਉਹਨਾਂ ਕਰਕੇ ਅਸੀਂ ਕਹਿੰਦੇ ਹਾਂ ਧਰਮ ਨਹੀਂ ਮਾੜਾ ਕੋਈ। ਗੁਰੂ ਸਾਹਿਬ ਨੇ ਵੀ ਮੁਸਲਮਾਨ ਨੂੰ ਕਿਹਾ ਮੁਸਲਮਾਨ ਮੋਮ ਦਿਲ ਹੋ ਗਿਆ, ਬ੍ਰਾਹਮਣ ਨੂੰ ਕਿਹਾ ਸੋਈ ਬ੍ਰਾਹਮਣ ਜੋ ਬਿੰਦਾ ਬ੍ਰਹਮ, ਸਿੱਖ ਨੂੰ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਗੁਰਬਾਣੀ ਚ ਅਨੇਕਾਂ ਪ੍ਰਮਾਣ ਨੇ, ਪਰ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ, ਤੋੜਿਆ ਕਿੰਨੇ? ਹਮੇਸ਼ਾ ਸਿਆਸਤ ਨੇ, ਸਿਆਸਤ ਦੇ ਉੱਤੇ ਸਿਆਸੀ ਪੋਲੀਟੀਕਲ ਲੋਕਾਂ ਨੇ। ਉਸ ਵੇਲੇ ਵੀ ਹਿੰਦੂ ਤੇ ਸਿੱਖ, ਦੇਖੋ ਨਵੀ ਖਾਂ ਗਣੀ ਖਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਲੰਘਾ ਚੱਕ ਕੇ ਮੋਢਾ ਦੇ ਕੇ ਉੱਚ ਦਾ ਪੀਰ ਬਣਾ ਕੇ ਲਿਜਾ ਰਹੇ ਆ। ਕੋਟਲਾ ਨਿਹੰਗ ਸਿੰਘ ਜਿਹੜਾ ਹੈਗਾ ਉਹ ਗੁਰੂ ਦਾ ਸ਼ਰਧਾਲੂ ਆ ਜੀ। ਔਰ ਤੁਸੀਂ ਜਿਹੜਾ ਇੱਕ ਗੱਲ ਇਹ ਮੈਂ ਕਹਿਣੀ ਚਾਹੁੰਦਾ, ਇਹ ਸਿਆਸੀ ਲੋਕਾਂ ਨੇ ਹਮੇਸ਼ਾ ਸਿਆਸਤ ਨੇ ਜਿਹੜਾ, ਦੇਖੋ 1947 ਦੀ ਗੱਲ ਲੈ ਲਓ, ਸਾਡਾ ਪੰਜਾਬ ਵੰਡਿਆ ਗਿਆ ਭਾਰਤ ਪਾਕਿਸਤਾਨ, ਸਿਆਸਤ ਨੇ ਹਮੇਸ਼ਾ ਹੀ ਸਾਨੂੰ, ਹੁਣ ਵੀ ਆ ਜਿਹੜਾ ਮਸਲਾ ਹੈਗਾ ਧਾਰਮਿਕ ਆ, ਦੇਖੋ ਜੋੜਿਆ ਸਿਆਸਤ ਨਾਲ ਜਾ ਰਿਹਾ। ਸਾਡੇ ਵੱਡੇ ਵੀਰ ਬੈਠੇ ਆ ਭਾਰਤਵਾਦ ਜੀ, ਪਤਾ ਨੀ ਕਿਉਂ ਮੋੜ ਮੋੜ ਕੇ ਹਿੰਦੂ ਸਿੱਖ ਦੂਰੀਆਂ ਦੀ ਗੱਲ ਕਰ ਰਹੇ ਆ, ਕਿਉਂ ਇੱਧਰ ਨੂੰ ਲਿਜਾਣਾ ਚਾਹੁੰਦੇ ਆ। ਸਿੱਖ ਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਦਾ। ਨੇਪਾਲ ਦੇ ਵਿੱਚ ਭੁਚਾਲ ਆਇਆ, ਉੱਥੇ ਜਾ ਕੇ ਲੰਗਰ ਲਾ ਤੇ, ਭੋਜਕ ਗੁਜਰਾਤ ਚ ਭੁਚਾਲ ਆਇਆ, ਉੱਥੇ ਜਾ ਕੇ ਲੰਗਰ ਲਾ ਤੇ, ਸੁਨਾਮੀ ਆਈ ਉੜੀਸਾ ਚ, ਉੱਥੇ ਜਾ ਕੇ ਲੰਗਰ ਲਾ ਤੇ, ਆ ਰਸੀਆ ਤੇ ਯੂਕਰੇਨ ਦੀ ਜੰਗ ਹੋਈ ਤੇ ਉੱਥੇ ਜਾ ਕੇ ਪੋਲੈਂਡ ਦੇ ਬਾਰਡਰ ਤੇ ਲੰਗਰ ਲਾ ਤੇ, ਗੁਰੂ ਕੇ ਸਿੱਖਾਂ ਕਦੇ ਫਰਕ ਰੱਖਿਆ ਹੀ ਨੀ ਕਿਸੇ ਨਾਲ। ਇਹ ਤਾਂ ਸਾਰਿਆਂ ਨੂੰ ਕਲਾਵੇ ਚ ਲੈਂਦੀ ਗੁਰੂ ਦੀ ਸਿੱਖੀ। ਸੋ ਇਸ ਬਹੁਤ ਅਹਿਮ ਪੁਆਇੰਟ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਸਿਆਸਤ ਵੜ ਜਾਂਦੀ ਹੈ ਫਿਰ ਪੂਰਾ ਮਾਮਲਾ ਹੀ ਘੁੰਮ ਜਾਂਦਾ ਹੈ। ਮੇਰੇ ਕੋਲ ਸਮਾਂ ਪਿੱਛੇ ਥੋੜ੍ਹਾ ਜਿਹਾ, ਮੈਂ ਇੱਕ ਵਾਰੀ ਭਾਰਦਵਾਜ ਸਾਹਿਬ ਦਾ ਰਿਐਕਸ਼ਨ ਜ਼ਰੂਰ ਲੈ ਲਵਾਂ। ਕੁਝ ਦਿਖਾ ਰਹੇ ਨੇ
ਮੈਨੂੰ ਲੱਗਦਾ ਕੁਲਦੀਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਹੈ, ਕੁਝ ਅੰਕੜੇ ਆ, ਕੁਝ ਕੁਝ ਪਰਚੇ ਉਹਨਾਂ ਦੇ ਹੱਥ ਦੇ ਵਿੱਚ ਨੇ। ਭਾਰਦਵਾਜ ਸਾਹਿਬ ਦੋ ਗੱਲਾਂ ਦਾ ਜਵਾਬ ਦਊਂਗਾ। ਇੱਕ ਤਾਂ ਇਹਨਾਂ ਨੇ ਗੱਲ ਕੀਤੀ ਭਾਈ ਜਿੱਤ ਸਿੰਘ ਜੀ ਦੀ ਗੱਲ ਕੀਤੀ, ਔਰ ਦੂਸਰੀ ਉਹਨੇ ਕਾਂਤ ਸਿੰਘ ਜੀ ਦੀ ਗੱਲ ਕੀਤੀ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ, ਕਿਉਂਕਿ ਮੈਂ ਬੜਾ ਇਤਿਹਾਸ ਪੜ੍ਹਿਆ ਆ, ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਭਾਈ ਕਾਂਤ ਸਿੰਘ ਨੂੰ ਕੌਣ ਲੈ ਕੇ ਆਇਆ ਸੀਗਾ, ਕਾਂਤ ਸਿੰਘ ਨਾਭਾ ਨੂੰ ਕੌਣ ਲੈ ਕੇ ਆਇਆ ਸੀ। ਮਕਾਲਫ ਦੇ ਕੋਲ ਨੌਕਰੀ ਤੇ ਕਰਦੇ ਸੀਗੇ ਉਹ, ਮਕਾਲਫ ਜਿੱਦਾਂ ਉਹਨਾਂ ਨੂੰ ਕਹਿੰਦਾ ਸੀ ਉਦਾਂ ਹੀ ਲਿਖਦੇ ਸੀਗੇ। ਇਸ ਕਰਕੇ ਜਿਹੜੇ ਆਪਣੇ ਜਿੱਤ ਸਿੰਘ ਦੀ ਗੱਲ ਕਰਦੇ ਆ ਉਹ ਪਹਿਲਾਂ ਆਰਿਆ ਸਮਾਜ ਪਹਿਲਾਂ ਜਵਾਬ ਦੇ ਲੋ, ਤੁਹਾਨੂੰ ਕੀ ਤਕਲੀਫ ਆ ਸਾਡੇ ਧਰਮ ਚ ਦਾ ਹੈ 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 ਤੁਸੀਂ ਤੁਸੀਂ ਕੁਲਦੀਪ ਜੀ ਮੇਰੀ ਗੱਲ ਸੁਣੋ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ। 30 ਸੈਕਿੰਡ ਨੰਬਰ ਦੋ ਕਰਿਓ, ਮੇਰੇ ਕੋਲ ਪਿਛਲੇ ਸਮਾਂ ਦਾ ਮੈਂ ਇੱਕ ਰਿਐਕਸ਼ਨ ਲੈ ਲਵਾਂ। ਨੰਬਰ ਜੀ ਨੰਬਰ ਦੋ ਥੋੜਾ ਇੰਤਜ਼ਾਰ ਕਰਿਓ, ਕਹਿ ਰਹੇ ਸੀਗੇ ਲੈਣ ਦੋ ਉਹਨਾਂ ਨੂੰ ਵੀ ਤੁਹਾਡੇ ਕੋਲ ਕੁਲਦੀਪ ਜੀ ਤੇਰਾ ਚੁੱਪ ਹੋ ਜਾਓ, ਕੰਪਲੀਟ ਕਰੋ। ਹਾਂ ਮੈਂ ਆ ਦੇਖੋ, ਆ ਤੁਸੀਂ ਕਹਿ ਰਹੇ ਵੀ ਕਿਹੜੇ ਕਿਹੜੇ ਹਿੰਦੂ ਮਾਰੇ ਵੀ ਸਾਨੂੰ ਦੱਸੋ, ਆ ਮੈਂ ਤੁਹਾਨੂੰ ਮੇਰੇ ਕੋਲ ਸਾਰੀਆਂ ਡਿਟੇਲਾਂ ਹੈ, ਆ ਦੇਖੋ ਆ ਦੇਖੋ, ਮੈਂ ਲਗਾਤਾਰ ਤੁਹਾਨੂੰ ਦਿਖਾਉਣਾ ਮੇਰੇ ਕੋਲ ਇਹਨਾਂ ਦੀਆਂ ਸਾਰੀਆਂ, ਮੇਰੇ ਕੋਲ ਬਹੁਤ ਵੱਡੀ ਇਹਦੀ ਫਾਈਲ ਹੈ। ਦੇਖੋ ਮੈਂ ਇਹਦਾ ਜਵਾਬ ਦੇਣਾ ਚਾਹੁੰਦਾ, ਹਿੰਦੂਆਂ ਨੂੰ ਮਾਰਿਆ ਗਿਆ, ਕਿਹਨਾਂ ਨੇ ਮਾਰਿਆ, ਇਹ ਤੁਸੀਂ ਇਦਾਂ ਦੀ ਗੱਲ ਨਾ ਕਰੋ, ਇਹ ਇਹ ਗੱਲ ਨਾ ਕਰੋ ਵੀ ਹਿੰਦੂਆਂ ਨੂੰ ਨਹੀਂ ਮਾਰਿਆ। ਦੇਖੋ ਆਪਾਂ ਇਸ ਵੇਲੇ ਜਿਹੜਾ ਵਿਸ਼ਾ ਉਹ ਇਹ ਵਿਸ਼ਾ ਨਹੀਂ ਹੈ। ਅਦਵਾਲ ਜੀ ਆਣਾ ਤੁਹਾਡੇ ਕੋਲ, ਠੀਕ ਹੈ, ਤੁਸੀਂ ਅੰਕੜੇ ਕੁਝ ਦਿਖਾ ਰਹੇ ਹੋ, ਕੁਝ ਕਟਿੰਗਸ ਦਿਖਾ ਰਹੇ ਹੋ ਜੋ ਮੈਂ ਦੇਖ ਪਾ ਰਿਹਾ। ਧੰਨਵਾਦ ਸਾਹਿਬ, ਕੁਲਦੀਪ ਜੀ ਵੇਟ ਕਰਿਓ, ਦਾਦੂਵਾਲ ਜੀ ਕੁਝ ਕਹਿ ਰਹੇ ਨੇ। ਦਾਦੂਵਾਲ ਜੀ, ਕੁਲਦੀਪ ਜੀ ਮਾਰੇ ਸਾਰੀ, ਦਾਦੂਵਾਲ ਜੀ ਬਿਲਕੁਲ ਸਾਡਾ ਪੂਰੀ ਡਿਟੇਲ ਹੈ। ਉਗਲਾ ਸਾਹਿਬ ਮੈਂ ਨਾ ਇਹ ਬੇਨਤੀ ਕਰਨੀ ਚਾਹੁੰਦਾ ਕਿ ਭਾਰਦਵਾਜ ਸਾਹਿਬ ਨੇ ਜਿਹੜਾ ਕਿਹਾ ਕਿ ਮੁਖਾਲਫ ਨੇ ਬੰਦੀ ਛੋੜ ਦੇ ਦਿੱਤਾ ਨਾ ਹੋ ਲੱਭ ਲਾ ਦੇ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਗੁਰੂ ਸਾਹਿਬਾਨਾਂ ਵੇਲੇ ਤੋਂ ਔਰ ਸਿੱਖ ਪੰਥ ਨੇ ਮੁਖਾਲਫ ਕੌਣ ਹੈ ਸਾਨੂੰ ਇਹ ਗੱਲ ਦੇਣ ਵਾਲਾ, ਇਹੋ ਜਿਹੀਆਂ ਗੱਲਾਂ ਨਹੀਂ। ਦੂਸਰੀ ਗੱਲ ਉਹਦੀ ਬਾਇਓਗ੍ਰਾਫੀ ਹੈ, ਮੁਖਾਲਫ ਦੀ ਬਾਇਓਗ੍ਰਾਫੀ ਹੈ। ਦੂਸਰੀ ਗੱਲ ਜਿਹੜੀ ਇਹਨਾਂ ਨੇ 35,000 ਵਾਲੀ ਕਹੀ, ਇੱਕਾ ਦੁੱਕਾ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ, ਇੱਕਾ ਦੁੱਕਾ ਘਟਨਾਵਾਂ 80 ਦੇ ਦਹਾਕੇ ਚ ਵਾਪਰੀਆਂ, ਪਰ ਉਹ ਵੀ ਕਿੰਨੇ ਨੇ ਕੀਤੀਆਂ, ਉਹ ਵੀ ਇਜ਼ਰਾਇਲ ਵਰਗਿਆਂ ਨੇ। ਸੁਣੋ ਮੇਰੀ ਗੱਲ, ਉਹ ਇਜ਼ਰਾਇਲ ਵਰਗੇ ਜਿਹੜੇ ਸੀ, ਜਿਹੜੇ ਹਿੰਦੂ ਸਿੱਖਾਂ ਨੂੰ ਪਾੜਨਾ ਚਾਹੁੰਦੇ ਸੀ ਵਿੱਚ, ਉਹਨਾਂ ਨੇ ਹਿੰਦੂਆਂ ਨੂੰ ਕਤਲ ਕਰਕੇ ਸਿੱਖਾਂ ਦੇ ਗੱਲ ਮੜਤਾ, ਸਿੱਖਾਂ ਨੂੰ ਕਤਲ ਕਰਕੇ ਜਿਹੜਾ ਸੀਗਾ ਉਹ ਇਸ ਤਰੀਕੇ ਦੇ ਨਾਲ ਮੜਤਾ, ਮਤਲਬ ਦੂਰੀਆਂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਸਿੱਖ ਦਾ ਕੋਈ ਹੱਥ ਨਹੀਂ ਪੂਰੀ ਗੱਲ ਦੇ ਵਿੱਚ, ਠੀਕ ਹੈ। ਮੈਂ ਮੈਨੂੰ ਜਵਾਬ ਲੈ ਲੈਣ ਦਾ, ਕੁਲਦੀਪ ਜੀ ਦਾ ਰਿਐਕਸ਼ਨ ਜ਼ਰੂਰੀ ਹੈ। ਕੁਲਦੀਪ ਜੀ ਦੇਖੋ ਜੀ, ਗੌਰਵ ਜੀ ਗੱਲ ਇਹ ਆ, ਸਾਡੇ ਗੁਰੂ ਸਾਹਿਬ ਆਖਦੇ ਆ ਵੀ ਜਿਹਦਾ ਧਰਮ ਆ ਨਾ ਉਹਨੂੰ ਮੁਬਾਰਕ ਆ। ਹਿੰਦੂ ਵੀਰਾਂ ਨੇ ਪਿਛਲੇ ਸਮੇਂ ਰਾਮ ਮੰਦਿਰ ਬਣਾਇਆ, ਅਸੀਂ ਕੋਈ ਇਹਨਾਂ ਨੂੰ ਗਲਤ ਕਿਹਾ? ਇਹਨਾਂ ਦਾ ਧਰਮ ਆ, ਇਹਨਾਂ ਦੇ ਧਰਮ ਦੇ ਵਿੱਚ ਇਹਨਾਂ ਦੇ ਝੰਡੇ ਝੂਲਦੇ ਆ, ਅਸੀਂ ਗਲਤ ਕਹਿੰਦੇ ਹਾਂ? ਜਦੋਂ ਸਾਡੀ ਇੱਕ ਰਹਿਤ ਮਰਿਆਦਾ ਵਾ, ਪੰਥ ਨੇ ਬਣਾਈ ਆ, ਮੈਨੂੰ ਤੇ ਸਮਝ ਨਹੀਂ ਆਉਂਦੀ। ਇੱਕ ਤੇ ਭਾਰਦਵਾਜ ਸਾਹਿਬ ਉਹਨੂੰ ਸਿਆਸਤ ਕਹਿ ਰਹੇ ਆ, ਇੱਕ ਤੁਸੀਂ ਬਾਈਟ ਸੁਣਾਈ ਸੀ ਗਰੇਵਾਲ ਸਾਹਿਬ ਦੀ, ਤੇ ਗਰੇਵਾਲ ਸਾਹਿਬ ਕਹਿ ਰਹੇ ਸੀ ਜਿਹੜੇ ਬੀਜੇਪੀ ਦੇ ਆ ਵੀ ਇਹਦੇ ਪਿੱਛੇ ਸਾਜਿਸ਼ ਆ, ਜਾਂ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਨਾਮ ਲਿਆ। ਮੈਂ ਕਹਿੰਦਾ ਜੀ, ਮੈਂ ਗਰੇਵਾਲ ਸਾਹਿਬ ਨੂੰ ਜੇ ਮੇਰੀ ਗੱਲ ਪਹੁੰਚਦੀ ਹੋਏ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਦਾ ਰਾਸ਼ਟਰੀ ਝੰਡਾ ਵਾ ਭਾਰਤੀ ਤਿਰੰਗਾ, ਉਹਦਾ ਵਾਰ ਵਾਰ ਇਹਨਾਂ ਦੇ ਪਾਰਟੀ ਵਰਕਰਾਂ ਵੱਲੋਂ ਕਈ ਥਾਵਾਂ ਤੇ ਅਪਮਾਨ ਹੋਇਆ ਆਪਣੇ ਭਗਵੇਂ ਨੂੰ ਦਿਖਾਉਣ ਦੇ ਲਈ, ਉਹ ਤੇ ਬਚਾਓ ਨਾ ਪਹਿਲਾਂ ਸਭ ਤੋਂ ਉਹਨੂੰ ਬਚਾਉਣ ਜਿਹੜਾ ਦੇਸ਼ ਦਾ ਇੱਕ ਝੰਡਾ ਵਾ, ਉਹ ਸਾਡੇ ਧਰਮ ਚ ਦਖਲ ਨਾ ਕਰਨ। ਤੁਹਾਡਾ ਪੁਆਇੰਟ ਵੈਲਿਡ ਹੈ ਕਿ ਹਾਂ, ਕੋਈ ਵੀ ਧਰਮ ਹੈ, ਕਿਸੇ ਵੀ ਧਰਮ ਦੇ ਜਿਹੜੇ ਨੁਮਾਇੰਦੇ ਨੇ ਉਹ ਡਿਸਾਈਡ ਕਰਦੇ ਨੇ, ਉਸ ਧਰਮ ਦੇ ਲੋਕ ਹੀ ਡਿਸਾਈਡ ਕਰਨਗੇ ਜਿਹੜੇ ਉਸਦੇ ਵਿੱਚ ਆਸਥਾ ਰੱਖਦੇ ਨੇ ਕਿ ਹਾਂ ਇਹ ਠੀਕ ਹੈ ਨਹੀਂ ਹੈ, ਕਿੰਤੂ ਪਰੰਤੂ ਉਹਨਾਂ ਦਾ ਹੱਕ ਬਣਦਾ ਹੈ।
ਗਰੇਵਾਲ ਸਾਹਿਬ ਇੱਕ ਲਾਸਟ ਰਿਐਕਸ਼ਨ ਛੋਟੀ ਜਿਹੀ ਤੁਹਾਡੀ, ਮੈਂ ਵਾਈਂਡ ਅਪ ਕਰੂੰਗਾ ਉਸ ਤੋਂ ਬਾਅਦ। ਮੈਂ ਐਕਚੁਅਲੀ ਇੱਕ ਸਟਾਰਟਿੰਗ ਦੇ ਵਿੱਚ ਸਵਾਲ ਜ਼ਿਕਰ ਕੀਤਾ ਸੀ ਕਿ ਹੁਣ ਅਸੀਂ ਇਹ ਸਮਝੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਸਰੀ ਜਿਹੜਾ ਰੰਗ ਹੈ ਉਹ ਆਪਾਂ ਨੂੰ ਨਜ਼ਰ ਹੀ ਨਹੀਂ ਆਏਗਾ। ਨਹੀਂ ਨਹੀਂ ਦੇਖੋ, ਗਰੇਵਾਲ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਇਹ ਕੇਸਰੀ ਨਿਸ਼ਾਨ ਸਾਹਿਬ ਦਾ ਜ਼ਿਕਰ ਹੈ, ਕੇਸਰੀ ਨਿਸ਼ਾਨ ਸਾਹਿਬ ਦੇ ਬਾਰੇ ਵਿੱਚ